ਸੰਗਤ ਪਾਰੇ ਕਾਰਨ ਕਹੋ। ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਏਕ ਅੰਕਾਰ ਸਤਿਗੁਰੂ ਇਹ ਪ੍ਰਸਾਦ ਸਚੋ। ਵਾਹਿਗੁਰੂ ਜੀ ਕੀ ਵਿਘਨ ਹੋਵੇ ਨਾ। ਸ੍ਰੀ ਵਾਹਿਗੁਰੂ ਜੀ ਕੀ ਵਿਘਨ ਹੋਵੇ ਨਾ। ਸੁਨ ਸੋਏ ਸੁਨ ਅਦਲੀ ਉਤਰ ਦਿਓ ਮਹਿਕੀ ਸਰਮਾ ਹੀ। ਇਨ ਬਿਨੈ ਅਪੁਰ ਨਾਮੈ ਭਿੱਖੀ ਕੋ ਗਮ ਨਿਉ ਨਾਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਂਝੀ ਨਿਵਾਜੀ ਗੁਰੂ ਕੀ ਸੰਗਤ। ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ ਜੋ ਸਤਸੰਗਤ ਦੇ ਸੁਭਾਗ ਸਮੇਂ ਬਖਸ਼ੇ ਨੇ। ਆਪ ਸੰਗਤਾਂ ਗੁਰੂ ਦਰਬਾਰੇ ਅੰਦਰ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਕੀਰਤਨ ਦੇ ਰੂਪ ਦੇ ਵਿੱਚ ਆਨੰਦ ਮਾਣ ਰਹੇ ਸੀ। ਮੇਰੀ ਪੀੜ੍ਹੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤਿੰਨਾਂ ਦੇ ਜੀਵਨ ਦੀ ਆਪਾਂ ਕਥਾ ਸਰਵਨ ਕਰ ਰਹੇ ਹਾਂ। ਸਤਿਗੁਰੂ ਜੀ ਕਰਤਾਰਪੁਰ ਧਰਤੀ ਤੇ ਵਿਰਾਜੇ ਹੋਏ ਨੇ। ਮਾਤਾ ਨਾਨਕੀ ਜੀ ਮਾਤਾ ਪਰਵਾਹੀ ਜੀ ਨੇ ਪੁੱਛਿਆ ਮਹਾਰਾਜ ਜੰਗ ਦਾ ਕਾਰਨ ਕੀ ਸੀ ਤੇ ਸਤਿਗੁਰਾਂ ਨੇ ਦੱਸਿਆ ਕਿ ਸੰਗਤਾਂ ਘੋੜੇ ਲੈ ਕੇ ਆ ਰਹੀਆਂ ਤੇ ਬਾਦਸ਼ਾਹ ਨੇ ਘੋੜੇ ਲੈ ਕੇ ਆਪਣੇ ਕਿਲੇ ਵਿੱਚ ਰੱਖ ਲਏ। ਸਾਡਾ ਸਿੱਖ ਨਾਮ ਵਿਧੀ ਚੰਦ ਬਾਦਸ਼ਾਹ ਦੇ ਲਾਹੌਰ ਕਿਲੇ ਦੇ ਵਿੱਚੋਂ ਸ਼ਾਹੀ ਕਿਲੇ ਵਿੱਚੋਂ ਘੋੜੇ ਕੱਢ ਕੇ ਦੋ ਵਾਰੀ ਗਿਆ ਤੇ ਸਾਡੇ ਕੋਲ ਲੈ ਕੇ ਆਇਆ। ਜਦੋਂ ਇਹ ਗੱਲ ਮਾਤਾਵਾਂ ਨੇ ਸੁਣੀ ਤੇ ਕਹਿਣ ਲੱਗੀਆਂ ਵੀ ਇਹੋ ਜਿਹਾ ਕਿਹੜਾ ਸਿੱਖ ਹੈ ਜਿਹੜਾ ਇੰਨਾ ਦਲੇਰ ਇੰਨਾ ਹਿੰਮਤ ਵਾਲਾ ਇੰਨਾ ਸਿਆਣਾ ਜਿਹਨੇ ਏਡਾ ਵੱਡਾ ਕੰਮ ਕੀਤਾ। ਉਹ ਸਾਨੂੰ ਇੱਕ ਵਾਰੀ ਵਿਖਾਓ ਜ਼ਰੂਰ ਅਸੀਂ ਵੇਖਣਾ ਚਾਹੁੰਦੇ ਹਾਂ। ਸਤਿਗੁਰਾਂ ਨੇ ਵਿਧੀ ਚੰਦ ਨੂੰ ਕੋਲ ਬੁਲਾਇਆ। ਉਸ ਵੇਲੇ ਪੁੱਛਿਆ ਤੇਰਾ ਗੁਰੂ ਘਰੇ ਕਿਵੇਂ ਆਉਣਾ ਹੋਇਆ ਇਹ ਦੱਸ। ਤੇ ਵਿਧੀ ਚੰਦ ਦੱਸਣ ਲੱਗਾ ਜੀ ਪਹਿਲਾਂ ਮੈਂ ਚੋਰੀ ਕਰਦਾ ਸੀ ਇੱਕ ਪਿੰਡ ਵਿੱਚੋਂ ਮੱਝਾਂ ਖੋਲੀਆਂ। ਜਦੋਂ ਮੈਂ ਰਸਤੇ ਤੇ ਤੁਰਿਆ ਮਗਰ ਮੇਰੇ ਪਿੰਡ ਵਾਲੇ ਲੋਕ ਅਲੱਗ ਹੈ ਚੋਲਾ ਸਾਹਿਬ ਨਾਮ ਦਾ ਨਗਰ ਹੈ ਮਰਹਾਣੇ ਦੇ ਕੋਲ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ। ਇੱਥੇ ਇੱਕ ਛਪੜੀ ਦੇ ਵਿੱਚ ਮੱਝਾਂ ਜਿਹੜੀਆਂ ਸਨ ਉਹ ਵਾੜ ਦਿੱਤੀਆਂ। ਇੱਕ ਸਿੱਖ ਇੱਥੇ ਬੈਠਾ ਨਾਮ ਭਾਈ ਅਦਲੀ ਹੈ ਉਹਦੇ ਚਰਨ ਫੜ ਕੇ ਮਿੰਨਤ ਕੀਤੀ ਵੀ ਇਸ ਵਾਰੀ ਬਚਾ ਗਾਹ ਤੂੰ ਇਹ ਕਰਮ ਨਹੀਂ ਕਰਾਂਗਾ। ਇਤਿਹਾਸ ਆਪਾਂ ਪਿੱਛੇ ਸਰਵਣ ਕਰੇ ਆਏ ਉਹ ਜਿਹੜੇ ਜ਼ਿਮੀਦਾਰ ਨੇ ਉਹ ਭਾਈ ਅਦਲੀ ਜੀ ਨੂੰ ਪੁੱਛਦੇ ਪਏ ਨੇ ਆਓ ਅਗਲੀ ਸਾਦੀ ਪ੍ਰਾਰੰਭ ਹੋ ਰਹੀ ਹੈ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਨੇ ਅਗਲੀ ਉੱਤਰ ਦਿਓ ਮੈਖੀ ਸਰਮਾਹੀ। ਉਹ ਜਿਹੜੇ ਜ਼ਿਮੀਦਾਰ ਸਨ ਪਿੰਡ ਦੇ ਮਗਰ ਲੱਗੇ ਉਹਨਾਂ ਨੇ ਵੇਖਿਆ ਵੀ ਮੱਝਾਂ ਦਾ ਖੁਰਾ ਖੋਜ ਕਿਸੇ ਬੰਦੇ ਨਹੀਂ ਜਾਂਦਾ ਇਹ ਛੱਪੜ ਤੱਕ ਹੀ ਆਉਂਦਾ। ਤੇ ਉਸ ਵੇਲੇ ਭਾਈ ਅਦਲੀ ਨੂੰ ਪੁੱਛਿਆ ਕਹਿਣ ਲੱਗੇ ਵੀ ਇੱਥੇ ਮੱਝਾਂ ਸਾਡੀਆਂ ਆਈਆਂ ਵੇਖੀਆਂ ਚੋਰ ਵੇਖਿਆ ਜੇ ਕੋਈ ਵੇਖਿਆ ਤੇ ਸਾਨੂੰ ਦੱਸ। ਭਾਈ ਅਦਲੀ ਨੇ ਸੁਣਿਆ ਮੱਝਾਂ ਤੇ ਸੁਣ ਕੇ ਕਹਿਣ ਲੱਗਾ ਭਾਈ
ਇਹ ਜਿਹੜੀਆਂ ਮੱਝਾਂ ਸਰੋਵਰ ਦੇ ਵਿੱਚ ਤਲਾਬ ਦੇ ਵਿੱਚ ਬੈਠੀਆਂ ਛੱਪੜ ਦੇ ਵਿੱਚ, ਇਹ ਤੁਹਾਡੀਆਂ ਦੇ ਨਹੀਂ ਕਿਤੇ, ਇਹ ਮੱਝਾਂ ਹੁਣੇ ਆ ਕੇ ਛੱਪੜ ਵਿੱਚ ਵੜੀਆਂ ਹਨ। ਇਹਨਾਂ ਤੋਂ ਬਿਨਾਂ ਹੋਰ ਦੂਜੀ ਮੱਝ ਮੈਂ ਕੋਈ ਨੀ ਇੱਥੇ ਵੇਖੀ, ਨਾ ਆਉਂਦੀ ਨਾ ਜਾਂਦੀ, ਤੇ ਨਾ ਹੀ ਕੋਈ ਮੱਝਾਂ ਨੂੰ ਲੈ ਕੇ ਆਉਣ ਵਾਲਾ ਵੇਖਿਆ। ਹੁਣ ਭਾਈ ਅਗਲੀ ਜੀ ਨੇ ਝੂਠ ਨੀ ਬੋਲਿਆ, ਬਿਲਕੁਲ ਸੱਚ ਹੈ, ਮੱਝਾਂ ਤੇ ਉਹੀ ਨੇ ਜਿਹੜੀਆਂ ਵਿਧੀ ਚੰਦ ਲੈ ਕੇ ਆਇਆ। ਤੇ ਭਾਈ ਅਗਲੀ ਜੀ ਕਹਿਣ ਲੱਗੇ ਵੀ ਆਹ ਮੱਝਾਂ ਤੁਹਾਡੇ ਸਾਹਮਣੇ ਛੱਪੜ ਵਿੱਚ ਬੈਠੀਆਂ, ਮੇਰੇ ਵੇਹਦਿਆਂ ਤੇ ਇਹੋ ਹੀ ਆਈਆਂ ਨੇ, ਇਹਨਾਂ ਬਿਨਾਂ ਕੋਈ ਨਹੀਂ ਆਈ ਹੈ। ਉਸ ਵੇਲੇ ਉਹ ਜਿਮੀਦਾਰ ਕਹਿੰਦੇ ਜੀ ਇਹ ਮੱਝਾਂ ਤੇ ਅਸੀਂ ਚੰਗੀ ਤਰ੍ਹਾਂ ਵੇਖ ਲਈਆਂ ਨੇ, ਪਾਣੀ ਵਿੱਚ ਵੀ ਜਾ ਕੇ ਵੇਖੀਆਂ, ਕੰਢੇ ਤੇ ਖਲੋ ਕੇ ਨੇੜੇ ਹੋ ਕੇ ਵੇਖੀਆਂ, ਇਹ ਮੱਝਾਂ ਸਾਡੀਆਂ ਨਹੀਂ, ਜਿਹੜੀਆਂ ਸਾਡੀਆਂ ਮੱਝਾਂ ਸਨ ਇਹ ਉਹ ਨਹੀਂ ਗੀਆਂ, ਅਸੀਂ ਵੇਖ ਲਈਆਂ ਪਛਾਣ ਲਈਆਂ ਇਹ ਸਾਡੀਆਂ ਮੱਝਾਂ ਨਹੀਂ। ਹੁਣ ਜਿਮੀਦਾਰ ਸੱਚੇ ਨੇ ਕਹਿਣ ਲੱਗੇ ਕਿ ਸਾਡੀਆਂ ਮੱਝਾਂ ਸੀ ਕਾਲੀਆਂ ਤੇ ਜਿੰਨੀਆਂ ਪਾਣੀ ਵਿੱਚ ਬੈਠੀਆਂ ਸਾਰੀਆਂ ਪੂਰੀਆਂ ਮੱਝਾਂ ਨੇ ਭੂਰੇ ਰੰਗ ਦੀਆਂ, ਸੋ ਇਹ ਸਾਡੀਆਂ ਨੇ, ਅਸੀਂ ਕਿਸੇ ਦੀਆਂ ਉੱਪਰ ਕਿਉਂ ਮੱਲ ਮਾਰੀਏ, ਕਿਉਂਕਿ ਉਹਨਾਂ ਸਮਿਆਂ ਵਿੱਚ ਬਹੁਤੀ ਇਮਾਨਦਾਰੀ ਲੋਕ ਵਿਸ਼ਵਾਸ ਰੱਖਦੇ ਵੀ ਆਪਣੀ ਚੀਜ਼ ਐਦਾ ਸਮਾਂ ਹੁੰਦੇ ਤੇ ਕਹਿੰਦੇ ਠੀਕ ਹੈ ਸਾਡੀਆਂ ਹੀ ਨੇ ਅਸੀਂ ਲੈ ਹੀ ਜਾਂਦੇ ਹਾਂ। ਕਹਿਣ ਲੱਗੇ ਕਿ ਨਹੀਂ ਇਹ ਸਾਡੀਆਂ ਨੀ, ਸਾਡੀਆਂ ਤੇ ਕਾਲੀਆਂ ਸਨ, ਇਹ ਭੂਰੇ ਰੰਗ ਦੀਆਂ ਬੂਰੀਆਂ ਮੱਝਾਂ ਇਹ ਸਾਡੀਆਂ ਨਹੀਂ ਹਨ। ਉਹ ਕਹਿਣ ਲੱਗੇ ਵੀ ਇਸ ਤਰ੍ਹਾਂ ਕਹਿ ਕੇ ਇਹ ਜਿਹੜੇ ਜਿਮੀਦਾਰ ਨੇ ਨਾ ਇਧਰ ਉਧਰ ਫਿਰੇ, ਜਿਨ੍ਹਾਂ ਦੇ ਮੱਥੇ ਚਿੱਟੇ ਸਨ ਉਹ ਕਾਲੇ ਹੋ ਗਏ, ਜਿਨ੍ਹਾਂ ਦੇ ਸਿੰਘ ਖੁੱਲੇ ਸਨ ਪੂਰੇ ਮੁੜੇ ਹੋਏ ਕੁੰਡੀਦਾਰ, ਉਹਨਾਂ ਦੇ ਸਿੰਘ ਸਿੱਧੇ ਬਣ ਗਏ, ਰੰਗ ਉਹਨਾਂ ਦੇ ਬਦਲ ਗਏ, ਭਾਵ ਦੇ ਮੱਝ ਨੂੰ ਦੇਖਿਆ ਪਛਾਣ ਨਹੀਂ ਆਉਂਦੀ ਵੀ ਉਹੀ ਮੱਝ ਹੈ, ਉਹਨਾਂ ਦੇ ਨੈਣ ਨਕਸ਼ ਸਰੀਰ ਦੀ ਬਣਤਰ ਔਰ ਰੰਗ ਵੀ ਬਦਲ ਗਿਆ, ਕਿਉਂਕਿ ਅੰਡ ਬਲਾਸੀ ਸੇਧ ਬਲਾਸੀ ਉਤਪੁਜ ਸੇਧ ਬਨਾਦਾ ਗਿਰ ਬਸਦਾ ਜਲ ਪਵਨ ਜਾਏ ਕੋ ਇੱਕ ਸਾਧ ਬਚਨ ਅਟਲਾਦਾ। ਸਾਧੂ ਦਾ ਬਚਨ ਕਦੇ ਨਾਸ ਨਹੀਂ ਹੁੰਦਾ, ਪਰ ਗੱਲ ਇਹ ਹੈ ਵੀ ਸਾਧੂ ਪੂਰਾ ਹੋਵੇ, ਨਿਕੰਮਾ ਜਾਂ ਪਖੰਡੀ ਨਾ ਹੋਵੇ, ਪੂਰੇ ਸਾਧੂ ਦਾ ਬਚਨ ਫਿਰ ਜੋ ਕਹਿ ਦੇਵੇ ਉਹ ਤਰਲੋਕੀ ਵਿੱਚ ਹੁੰਦਾ ਹੈ, ਉਹਦੇ ਬਚਨ ਨੂੰ ਟਾਲਿਆ ਮੋੜਿਆ ਨਹੀਂ ਜਾਂਦਾ। ਸੋ ਇਹ ਭਾਈ ਅਗਲੀ ਦੇ ਕਹਿਣ ਕਰਕੇ ਕਹਿਣ ਲੱਗੇ ਵੀ ਮੱਝਾਂ ਦੇ ਰੰਗ ਔਰ ਉਹਨਾਂ ਦੇ ਸਿੰਘ ਉਹਨਾਂ ਦੇ ਭਾਦੇ ਮੱਥੇ ਜਿਹੜੇ ਸਾਨੂੰ ਬਦਲ ਗਏ, ਸਾਰਾ ਕੁਝ ਨਿਆਂ ਦੀ ਚੀਜ਼ ਹੋ ਗਿਆ ਬਦਲ ਗਿਆ। ਜਿਮੀਦਾਰ ਕਹਿੰਦੇ ਵੀ ਇਹ ਸਾਡੀਆਂ ਮੱਝਾਂ ਨਹੀਂ, ਇਹ ਉਹਨੂੰ ਭੱਜ ਕੇ ਆਏ ਸਨ ਮਗਰ ਵਿਚਾਰੇ ਦੌੜ ਕੇ ਆਏ ਥੱਕ ਗਏ ਜਿਮੀਦਾਰ, ਭੱਜਦਿਆਂ ਭੱਜਦਿਆਂ ਲੱਭਦਿਆਂ ਲੱਭਦਿਆਂ ਜਦੋਂ ਵੇਖਿਆ ਵੀ ਖੁਰਾ ਖੋਜ ਇੱਥੋਂ ਗਾਂਹ ਕਿਤੇ ਨਹੀਂ ਜਾਂਦਾ ਤੇ ਕਹਿੰਦੇ ਵੀ ਮੱਝਾਂ ਤੇ ਨਹੀਂ ਲੱਭਣੀਆਂ, ਚੋਰ ਕੋਈ ਬਹੁਤਾ ਤੇਜ਼ ਸੀ ਪਤਾ ਨੀ ਕਿੱਧਰ ਲੈ ਗਿਆ, ਇਹ ਸਾਡੀਆਂ ਨੀ ਤੇ ਚਲੋ ਆਪੋ ਆਪਣੇ ਘਰ ਨੂੰ ਚਲੀਏ, ਵਾਪਸ ਮੁੜ ਪਏ ਹਨ। ਗ੍ਰਹਿ ਕੋ ਗਈ ਗੁਹਾਰ ਜਾ ਮਿਲੀ ਅਗਲੀ ਸੰਗਾ। ਸੋ ਉਸ ਵੇਲੇ ਇਸ ਤਰ੍ਹਾਂ ਕਹਿਣ ਲੱਗੇ ਵੀ ਇਹ ਜਦੋਂ ਪਿੱਛੇ ਹਟ ਗਏ, ਗ੍ਰਹਿ ਕੋ ਗਈ ਗੁਹਾਰ ਜਬ, ਉਹ ਜਿਹੜੇ ਲੱਭਣ ਆਏ ਸਨ ਨਾ ਜਿਮੀਦਾਰਾਂ ਦਾ ਟੋਲਾ 15-20 ਬੰਦਿਆਂ ਦਾ, ਬਿਧੀ ਚੰਦ ਨੀ ਬੈਠਾ ਰਹਿੰਦਾ ਵੀ ਇਹ ਜਾ ਹੀ ਲੈਣ ਤੇ ਫੇਰ ਹੀ ਮੈਂ ਬਾਹਰ ਨਿਕਲ ਕੇ ਇਹਨਾਂ ਨੂੰ ਆਪਣਾ ਆਪ ਰਖਾਵਾਂ, ਕਿਤੇ ਫੜ ਹੀ ਨਾ ਲੈਣ। ਜਦੋਂ ਬਿਧੀ ਚੰਦ ਨੇ ਵੇਖਿਆ ਵੀ ਉਹ ਚਲੇ ਗਏ ਆਪੋ ਆਪਣੇ ਘਰ, ਉਸ ਵੇਲੇ ਬਿਧੀ ਚੰਦ ਨਿਕਲਿਆ ਤੇ ਕਹਿਣ ਲੱਗੇ ਫਿਰ ਉਸ ਵੇਲੇ ਭਾਈ ਅਗਲੀ ਦੇ ਨਾਲ ਬਚਨ ਕੀਤੇ ਹਨ। ਉਸ ਵੇਲੇ ਉਹ ਕਹਿਣ ਲੱਗੇ ਕਹੇ ਉਹ ਪਿਖੋ ਗੁਰ ਕੀ ਕਲਾ, ਸੋ ਮੈਂ ਗੁਰੂ ਦੀ ਕਲਾ ਜਿਹੜੀ ਸ਼ਕਤੀ ਹੈ ਉਹ ਵੇਖੀ ਜਿਨ੍ਹਾਂ ਦਾ ਜਸ ਵੱਡਾ ਹੈ, ਸਹਾਇਕ ਸਿਮਰਤ ਉਹ ਜਿਹੜੇ ਸਤਿਗੁਰੂ ਹਨ ਉਹ ਐਸੇ ਸਮਰੱਥ ਨੇ
ਜਿਨ੍ਹਾਂ ਦੀ ਕਿਰਪਾ ਦੇ ਨਾਲ ਮੱਝਾਂ ਦੇ ਰੰਗ ਬਦਲ ਸਕਦੇ ਨੇ, ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹਨਾਂ ਦੇ ਨੈਣ ਨਕਸ਼ ਬਦਲ ਗਏ ਨੇ, ਉਹ ਗੁਰੂ ਇੰਨਾ ਸਮਰੱਥ ਹੈ ਵੀ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਵੀ ਸਿੱਖ ਦੀ ਸਹਾਇਤਾ ਕਰਦਾ, ਉਹ ਐਸਾ ਵੱਡਾ ਗੁਰੂ ਹੈ। ਬਸ ਪ੍ਰਭ ਕੋ ਜੇ ਤਜਤ ਹੈ ਤਿਨ ਕੈ ਬੁੱਧ ਨਾਹੀ। ਸੋ ਜਿਹੜੇ ਇਹੋ ਜਿਹੇ ਗੁਰੂ ਨੂੰ ਛੱਡ ਦਿੰਦੇ ਨੇ ਨਾ, ਉਹ ਭਾਈ ਸਿਆਣੇ ਨਹੀਂ। ਇਹ ਭਾਈ ਅਗਲੀ ਕਹਿ ਰਿਹਾ ਬਿਧੀ ਚੰਦ ਨੂੰ, ਕਹਿਣ ਲੱਗਾ ਬਿਧੀ ਚੰਦਾ ਵੇਖ, ਇਹ ਨਹੀਂ ਕਿਹਾ ਵੀ ਮੇਰੇ ਕਹਿਣ ਕਰਕੇ, ਮੇਰੇ ਗੁਰੂ ਅਰਜਨ ਸਾਹਿਬ ਦੀ ਬਖਸ਼ਿਸ਼ ਹੋਈ ਹੈ, ਤੈਨੂੰ ਮਾਰ ਤੋਂ ਬਚਾਇਆ, ਮੱਝਾਂ ਦੇ ਰੰਗ ਰੂਪ ਬਦਲ ਗਏ। ਜਿਹੜਾ ਐਸੇ ਸਮਰੱਥ ਗੁਰੂ ਨੂੰ ਛੱਡਦਾ ਹੈ ਨਾ, ਘੁੱਟਦਾ ਹੈ, ਤੇ ਉਹ ਕਹਿਣ ਲੱਗੇ ਵੀ ਫਿਰ ਦੁਨੀਆਂ ਵਿੱਚ ਮੂਰਖ ਸਮਝਿਆ ਜਾਂਦਾ, ਸਿਆਣਾ ਕੋਈ ਨਹੀਂ। ਜਿਹੜਾ ਸਮਰੱਥ ਦਾਤੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਅੱਜ ਵੀ ਲੋਕ ਆਸੇ ਪਾਸੇ ਟੱਕਰਾਂ ਮਾਰਦੇ। ਸੋ ਕਹਿਣ ਲੱਗੇ ਭਾਈ, ਜਿਹੜੇ ਐਸੇ ਗੁਰੂ ਨੂੰ ਛੱਡਦੇ ਨੇ, ਸਮਝ ਲਓ ਵੀ ਉਹਨਾਂ ਕੋਲ ਬੁੱਧੀ ਨਾਮ ਦੀ ਚੀਜ਼ ਕੋਈ ਨਹੀਂ ਹੈ, ਅਕਲ ਉਹਨਾਂ ਨੂੰ ਹੈ ਕੋਈ ਨਹੀਂ, ਉਹ ਮੂਰਖ ਲੋਕ ਨੇ ਜਿਹੜੇ ਐਸੇ ਗੁਰੂ ਨੂੰ ਛੱਡਦੇ ਹਨ। ਜੋ ਕੋ ਰੱਖੇ ਦਾਸ ਪਤ ਸਭ ਵਿਘਨ ਮਿਟਾਵੇ। ਸਤਿਗੁਰੂ ਜੀ ਜਿਵੇਂ ਕਿਵੇਂ ਆਪਣੇ ਦਾਸ ਦੀ ਰਾਖੀ ਕਰਦੇ ਨੇ, ਉਹਦੇ ਉੱਪਰ ਵਿਘਨ ਨਹੀਂ ਪੈਣ ਦਿੰਦੇ, ਦੁੱਖ ਨਹੀਂ ਪੈਣ ਦਿੰਦੇ। ਸਤਿਗੁਰੂ ਏਡੇ ਸਮਰੱਥ ਨੇ, ਜਿਹੜਾ ਉਹਨਾਂ ਦੀ ਸ਼ਰਨ ਵਿੱਚ ਚਲੇ ਜਾਵੇ, ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਜਿਰਦਾਇਆ। ਨਾਮ ਇੱਕ ਇਹੋ ਜਿਹੀ ਵਸਤੂ ਹੈ ਜਿਹੜੇ ਪੈਣ ਵਾਲੇ ਕੰਮ ਦੇ ਵਿੱਚ ਵਿਘਨਾਂ ਨੂੰ ਨਾਸ ਕਰੇਗਾ। ਸੋ ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ, ਫਿਰ ਉਹ ਨਾਮ ਤੇਰੇ ਦੁੱਖਾਂ ਨੂੰ ਵੀ ਨਾਸ ਕਰੇਗਾ। ਇੱਕ ਨਾਮ ਇਹੋ ਜਿਹੀ ਦਵਾਈ ਹੈ ਜਿਹਦੇ ਜਿਹੜਾ ਸਾਰੀਆਂ ਬਿਮਾਰੀਆਂ ਤੇ ਲਾਗੂ ਹੁੰਦਾ, ਜਿਹੜਾ ਸਾਰੀਆਂ ਬਿਮਾਰੀਆਂ ਨੂੰ ਦੂਰ ਕਰ ਸਕਦਾ ਹੈ। ਐਸੇ ਸਤਿਗੁਰਾਂ ਨੇ ਸਾਨੂੰ ਨਾਮ ਦੀ ਬਖਸ਼ਿਸ਼ ਕੀਤੀ ਹੈ। ਇਹ ਵਡਿਆਈ ਗੁਰੂ ਕੀ ਗੁਰਸਿੱਖਾਂ ਨੂੰ ਭਾਵੇ। ਇਹ ਸਤਿਗੁਰਾਂ ਦੀ ਵਡਿਆਈ ਹੈ, ਔਰ ਇਹ ਜਿਹੜੀ ਵਡਿਆਈ ਇਹ ਸਿੱਖਾਂ ਨੂੰ ਭਾਉਂਦੀ ਹੈ, ਸਿੱਖਾਂ ਨੂੰ ਚੰਗੀ ਲੱਗਦੀ ਹੈ। ਗੁਰਸਿੱਖਾਂ ਕੈ ਮਨ ਭਾਵਦੀ, ਗੁਰ ਸਤਿਗੁਰ ਕੀ ਵਡਿਆਈ। ਜਿਹੜਾ ਤੇ ਪੂਰਾ ਸਿੱਖ ਹੈ ਨਾ ਤਨੋ ਮਨੋ ਗੁਰੂ ਦਾ, ਉਹਨੂੰ ਤੇ ਗੁਰੂ ਦੀ ਵਡਿਆਈ ਚੰਗੀ ਲੱਗੇ ਵੀ ਮੇਰੇ ਗੁਰੂ ਦੀ ਵਡਿਆਈ ਕੋਈ ਕਰੇ। ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਕਿਉਂ? ਕਿਉਂਕਿ ਤੂੰ ਗੁਰੂ ਦੀ ਵਡਿਆਈ ਕਰਦਾ, ਤੂੰ ਮੈਨੂੰ ਚੰਗਾ ਲੱਗਦਾ। ਤੇ ਜਿਹੜਾ ਪਖੰਡੀ ਹੈ ਉਹ ਕਹਿੰਦਾ ਗੁਰੂ ਦੀ ਭਾਵੇਂ ਹੋਵੇ ਨਾ ਹੋਵੇ, ਪਰ ਮੇਰੀ ਜ਼ਰੂਰ ਹੋਣੀ ਚਾਹੀਦੀ ਹੈ। ਜਾਂ ਗੁਰੂ ਦੀ ਵਡਿਆਈ ਘੱਟ ਹੋਵੇ ਤੇ ਮੈਨੂੰ ਫੂਕ ਛਕਾਈ ਜਾਵੇ ਵੀ ਇਹ ਬੜਾ ਸਾਰੇ ਕੰਮਾਂ ਨੂੰ ਕਰਨਾ ਜਾਣਦਾ, ਹੋਮੇ ਦੇ ਪੱਠੇ ਪਾਉਣੇ, ਉਹ ਪਖੰਡੀ ਲੋਕਾਂ ਦਾ ਕੰਮ ਹੈ। ਪਰ ਪੂਰਾ ਗੁਰਸਿੱਖ ਗੁਰੂ ਦੀ ਮਹਿਮਾ ਨੂੰ ਚੰਗਾ ਸਮਝਦਾ ਹੈ। ਸਤਿਗੁਰਾਂ ਨੇ ਉਹ ਜਿਹੜੀਆਂ ਕਾਲੇ ਰੰਗ ਦੀਆਂ ਮੱਝਾਂ ਸਨ, ਉਹ ਭੂਰੇ ਰੰਗ ਦੀਆਂ ਬੂਰੀਆਂ ਮੱਝਾਂ ਬਣਾ ਦਿੱਤੀਆਂ। ਸਿਮਰੇ ਕਰੀ ਸਹਾਇਤਾ ਮਾ ਤੂਰਨ ਸੰਗਾ। ਸੋ ਜਿਹੜੇ ਸਤਿਗੁਰੂ ਨੂੰ ਸਿਮਰਦੇ ਨੇ ਨਾ ਮਹਾਰਾਜ, ਫਿਰ ਉਹਨਾਂ ਦੀ ਬੜੀ ਛੇਤੀ ਸਹਾਇਤਾ ਕਰਦੇ ਨੇ। ਆਪਾਂ ਇੱਕ ਬਚਨ ਕਈ ਆਮ ਹੀ ਆਪਾਂ ਕਹਿੰਦੇ ਹਾਂ ਵੀ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ, ਪਰ ਇਹ ਬਚਨ ਸਾਡਾ ਗਲਤ ਹੈ। ਰੱਬ ਦੇ ਘਰੇ ਦੇਰ ਹੈ ਹੀ ਨਹੀਂ ਹੈ। ਜੇ ਦੇਰ ਲੱਗ ਗਈ ਤੇ ਫਿਰ ਕਾਹਦਾ ਕੰਮ ਹੋਇਆ? ਭਗਤਾਂ ਨੇ ਲਿਖਿਆ ਨਾ, ਡੂਬ ਮਿਲੇ ਡੂਬ ਹੋਏ, ਨੌਕਾ ਮਿਲੇ ਉਹ ਕਿਸੇ ਚੜਾਓ। ਹੁਣ ਬੰਦਾ ਪਾਣੀ ਵਿੱਚ ਡੁੱਬਦਾ ਪਿਆ, ਬੰਦਾ ਪਾਣੀ ਵਿੱਚ ਡੁੱਬ ਕੇ ਮਰ ਗਿਆ, ਮਗਰੋਂ ਕੋਈ ਬੇੜੀ ਲੈ ਕੇ ਆਵੇਗਾ ਤੇ ਉਹਦਾ ਫਾਇਦਾ ਕੀ ਹੋਇਆ? ਡੁੱਬਣ ਵਾਲਾ ਤੇ ਡੁੱਬ ਗਿਆ। ਬੇੜੀ ਦਾ ਫਾਇਦਾ ਤਾਂ ਸੀ ਕਿ ਜੇ ਡੁੱਬਣ ਤੋਂ ਪਹਿਲਾਂ ਪਹੁੰਚਦੀ ਤੇ ਬਚਾ ਲੈਂਦੀ। ਹੁਣ ਜੇ ਰੱਬ ਨੂੰ ਯਾਦ ਕਰਕੇ ਬੰਦਾ ਮਰ ਜਾਵੇ ਤੇ ਮੁੜ ਕੇ ਰੱਬ ਬਾਅਦ ਵਿੱਚ ਸਹਾਇਤਾ ਕਰੇ ਤੇ ਉਹ ਸਹਾਇਤਾ ਨੂੰ ਕੀ ਕਰਨਾ ਕਿਸੇ? ਰੱਬ ਦੇ ਘਰੇ ਦੇਰ ਹੈ ਨਹੀਂ, ਬੰਦਿਆ ਤੇਰੇ ਮੰਗਣ ਵਿੱਚ ਦੇਰੀ ਹੋ ਸਕਦੀ ਹੈ, ਉਹ ਝਾਤੀ ਪਹੁੰਚ ਜਾਂਦਾ। ਮੱਖਣ ਸ਼ਾਹ ਲਵਾਣੇ ਦਾ ਇਤਿਹਾਸ, ਜੇ ਜਹਾਜ਼ ਡੁੱਬ ਜਾਂਦਾ, ਮੱਖਣ ਸ਼ਾਹ ਮਰ ਜਾਂਦਾ, ਮੁੜ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜਹਾਜ਼ ਨੂੰ ਬੰਨੇ ਲਾਉਂਦੇ, ਮੁੰਡਾ ਦਿੰਦੇ ਤੇ ਲਾਭ ਥੋੜੀ ਉਹਦਾ, ਡੁੱਬਣ ਵਾਲਾ ਡੁੱਬ ਗਿਆ, ਮਰਨ ਵਾਲਾ ਮਰ ਗਿਆ। ਨਹੀਂ, ਡੁੱਬਣ ਹੀ ਨਹੀਂ ਦਿੱਤਾ, ਪਹਿਲਾਂ ਹੀ ਜਾ ਕੇ ਬਚਾ ਲਿਆ। ਗੁਰੂ ਦੇ ਘਰ ਦੇ ਵਿੱਚ ਨਾ ਦੇਰ ਹੈ ਤੇ ਨਾ ਹਨੇਰ ਹੈ, ਇਹ ਦੁਨੀਆ ਵਾਸਤੇ ਗੱਲ ਹੋ ਸਕਦੀ ਹੈ, ਗੁਰੂ ਨਾਨਕ ਦੇ ਘਰ ਵਾਸਤੇ ਨਹੀਂ ਹੈ। ਸਤਿਗੁਰੂ ਡੁੱਬਣ ਹੀ ਨਹੀਂ ਦਿੰਦੇ, ਝਾਤੀ ਬਚਾ ਲੈਂਦੇ।
ਸੋ ਇੱਥੇ ਬਚਨ ਆਇਆ ਕਹਿਣ ਲੱਗੇ ਵੀ ਜਿਹੜੇ ਸਤਿਗੁਰੂ ਨੂੰ ਸਿਮਰਦੇ ਨੇ ਮਹਾਰਾਜ ਝਾਟੀ ਜਾ ਕੇ ਉਹਨਾਂ ਦੀ ਸਹਾਇਤਾ ਕਰਦੇ ਬਚਾ ਲੈਂਦੇ ਹਨ। ਇਸ ਕਰਕੇ ਕਿਰਤਿਆ ਕੈ ਸਰਨੀ ਮਰ ਜਾਏ। ਇਸ ਕਰਕੇ ਹੁਣ ਤੇਰਾ ਲਾਭ ਤੂੰ ਇਹ ਵਚਨ ਕੀਤਾ ਸੀ ਨਾ ਭਾਈ ਅਗਲੀ ਕਹਿੰਦਾ ਵਿਧੀ ਚੰਦਾ ਤੂੰ ਵਚਨ ਕੀਤਾ ਸੀ ਵੀ ਇਸ ਵਾਰੀ ਬਚਾਓ ਜੋ ਤੁਸੀਂ ਕਹੋਗੇ ਮੈਂ ਮੰਨਾਂਗਾ। ਤੇ ਭਾਈ ਅਗਲੀ ਕਹਿੰਦਾ ਜੇ ਮੰਨਣਾ ਤੇ ਫਿਰ ਇਹ ਮੰਨ ਵੀ ਅੱਜ ਤੋਂ ਬਾਅਦ ਚੋਰੀ ਨਹੀਂ ਕਰੇਗਾ ਅਤੇ ਗੁਰੂ ਅਰਜਨ ਸਾਹਿਬ ਦੀ ਸ਼ਰਨ ਵਿੱਚ ਪਵੇਗਾ ਕਿ ਤੂੰ ਮੈਨੂੰ ਵਚਨ ਦਿੱਤਾ ਤੇ ਵਚਨ ਹੁਣ ਪੂਰਾ ਕਰ। ਪ੍ਰਾਪਤ ਹੋਏ ਕਲਿਆਣ ਕੋ ਤੂੰ ਭਾਗ ਮਲਾਈ। ਤੇ ਤੇਰੇ ਵੱਡੇ ਭਾਗ ਨੇ ਭਲਾਈ ਤੇਰੇ ਮੱਥੇ ਦੇ ਵੱਡੇ ਕਰਮ ਹੋਣਗੇ ਵੀ ਜੇ ਤੂੰ ਵਾਕਿਆ ਹੀ ਚੋਰੀ ਛੱਡਦੇ ਨੇ ਹੁਣ ਤੇ ਤੂੰ ਫਸਿਆ ਮਿੰਨਤਾਂ ਕੀਤੀਆਂ ਤਰਲਾ ਕੀਤਾ ਬਚਾਓ ਮੈਨੂੰ ਮੈਂ ਮੰਨਾਂਗਾ ਹੁਣ ਤੇਰੀ ਮੁਸੀਬਤ ਟਲ ਗਈ ਹੋ ਸਕਦਾ ਮਨ ਬਦਲ ਜਾਵੇ ਕਿਉਂਕਿ ਬੰਦਾ ਬਦਲ ਜਾਂਦਾ ਹੈ ਨਾ ਜਿਵੇਂ ਕੋਈ ਬੰਦਾ ਖਜੂਰ ਤੇ ਚੜਿਆ ਉਹਨੇ ਆਖਿਆ 100 ਕੰਬਲ ਦਾਨ ਕਰਾਂਗਾ ਜੇ ਹੱਡੀਆਂ ਪਸਲੀਆਂ ਸਾਬਤ ਰਹੀਆਂ ਤੇ ਥੱਲੇ ਉਤਰ ਗਿਆ ਹੁਣ ਉਹ ਉਦੋਂ ਦੁੱਖ ਬਹੁਤਾ ਉੱਚਾ ਬਹੁਤਾ ਚੜਿਆ ਜਦੋਂ ਉਹ ਖਜੂਰ ਦੇ ਅੱਧ ਵਿੱਚ ਆ ਗਿਆ ਕਹਿਣ ਲੱਗਾ ਵੀ 100 ਕੰਬਲ ਤੇ ਜ਼ਿਆਦਾ ਸਨ ਮੈਂ 50 ਹੀ ਦੇਵਾਂਗਾ ਕਿਉਂਕਿ ਮਨ ਬਦਲ ਗਿਆ ਵੀ ਹੁਣ ਜੇ ਡਿੱਗਾਂਗਾ ਤੇ ਥੋੜੀ ਬਹੁਤੀ ਸੱਟ ਲੱਗੇਗੀ ਜਿਵੇਂ ਜਿਵੇਂ ਖਜੂਰ ਤੋਂ ਥੱਲੇ ਆਉਂਦਾ ਉਵੇਂ ਉਵੇਂ ਨਾਲ ਨਾਲ ਕੰਬਲ ਵੀ ਘੱਟਦੇ ਜਾਂਦੇ ਸੋ ਇਹ ਉਹਨਾਂ ਲੋਕਾਂ ਦੀ ਗੱਲ ਹੈ ਜਿਹੜੇ ਲੋਕ ਬਚਨ ਕਰਕੇ ਤੇ ਮੁੜ ਕੇ ਪਾਲ ਨਹੀਂ ਸਕਦੇ ਮੁਕਰ ਜਾਂਦੇ ਬਦਲ ਜਾਂਦੇ ਪਰ ਗੁਰੂ ਦਾ ਸਿੱਖ ਜਿਹੜਾ ਬਚਨ ਕਰੇ ਉਹ ਫਿਰ ਬਚਨ ਨੂੰ ਪੂਰਾ ਕਰਦਾ ਸੂਰ ਦੀਰ ਬਚਨ ਕੇ ਬਣੇ ਸੂਰਮੇ ਬਚਨ ਦੇ ਬਣੇ ਹੁੰਦੇ ਕਦੇ ਹਾਰਦੇ ਨਹੀਂ ਸੋ ਭਾਈ ਅਗਲੀ ਜੀ ਕਹਿਣ ਲੱਗੇ ਵੀ ਤੂੰ ਇਹ ਬਚਨ ਕੀਤਾ ਸੀ ਵੀ ਜੋ ਮੈਂ ਕਵਾਂਗਾ ਤੂੰ ਮੰਨੇਗਾ ਮੈਂ ਤੇਰੀ ਮਦਦ ਕੀਤੀ ਹੈ ਹੁਣ ਤੂੰ ਮੇਰਾ ਬਚਨ ਇਹ ਮੰਨ ਵੀ ਗੁਰੂ ਅਰਜਨ ਸਾਹਿਬ ਦੀ ਸ਼ਰਨ ਵਿੱਚ ਪੈ ਜਾ ਤੇ ਚੋਰੀ ਦਾ ਕਰਮ ਛੱਡਦੇ ਨਾ ਕਰ। ਉਸ ਵੇਲੇ ਵਿਧੀ ਚੰਦ ਕਹਿੰਦਾ ਵੀ ਮੈਂ ਸੁਣੀਆਂ ਗੱਲਾਂ ਭਾਈ ਅਗਲੀ ਦੀਆਂ ਉਹ ਜਿਹੜੀਆਂ ਮੱਝਾਂ ਮੈਂ ਛੱਪੜ ਵਿੱਚ ਵਾਲੀਆਂ ਸਨ ਨਾ ਸੋਟੇ ਮਾਰ ਮਾਰ ਕੇ ਉਹ ਫਿਰ ਛੱਪੜ ਵਿੱਚੋਂ ਬਾਹਰ ਕੱਢੀਆਂ ਹਨ। ਧਰਮਸਾਲ ਸਿੱਖ ਸੰਤ ਕੋ ਦੀਨੀ ਤਵਸਾ। ਉਹ ਕੋਈ ਧਰਮਸਾਲਾ ਸੀਗੀ ਜਿੱਥੇ ਕੋਈ ਸਾਧੂ ਸੰਤ ਆ ਕੇ ਬੈਠਦੇ ਮੈਂ ਸੋਚਿਆ ਵੀ ਪਾਪ ਕੀਤਾ ਜੇ ਹੁਣ ਮੱਝਾਂ ਵਾਪਸ ਲੈ ਕੇ ਗਿਆ ਤੇ ਜੀਵੀਦਾਰਾਂ ਨੇ ਚੰਗੀ ਤਰ੍ਹਾਂ ਸੇਵਾ ਕਰਨੀ ਹੈ ਮੇਰੇ ਗਏ ਦੀ ਚੋਰ ਸਮਝ ਕੇ ਉਹਨਾਂ ਨੇ ਸਮਝਣਾ ਨਹੀਂ ਵੀ ਮੇਰਾ ਮਨ ਬਦਲ ਗਿਆ ਉਹਨਾਂ ਕਹਿਣਾ ਵੀ ਹੈ ਜੇ ਤੂੰ ਚੋਰ ਹੀ ਹੈ ਇਸ ਕਰਕੇ ਉੱਥੇ ਜਾਣਾ ਤੇ ਠੀਕ ਨਹੀਂ ਕਿਤੇ ਸਾਧੂ ਸੰਗਤ ਦਾ ਜਿੱਥੇ ਕੋਈ ਦੀਵਾਨ ਸਜਦਾ ਸੀ ਸੰਗਤਾਂ ਕੋਲ ਡੇਰਾ ਸੀ ਕਿਸੇ ਮਹਾਤਮਾ ਦਾ ਉਹ ਸਾਰੀਆਂ ਮੱਝਾਂ ਕਹਿੰਦਾ ਮੈਂ ਉੱਥੇ ਦਾਨ ਕਰ ਦਿੱਤੀਆਂ ਵੀ ਇੱਥੇ ਹੀ ਰੱਖ ਲਓ ਨਾ ਮੈਂ ਹੁਣ ਚੋਰੀ ਕਰਾਂ ਤੇ ਨਾ ਮੈਂ ਚੋਰੀ ਦਾ ਕੋਈ ਸਮਾਨ ਸਾਂਭਾਂ ਇਸ ਤਰ੍ਹਾਂ ਸਾਰੀਆਂ ਦੇ ਦਿੱਤੀਆਂ ਹਨ। ਉਸ ਵੇਲੇ ਭਾਈ ਅਗਲੀ ਦੇ ਅੱਗੇ ਬੇਨਤੀ ਕੀਤੀ ਵੀ ਜੇ ਤੂੰ ਮੈਨੂੰ ਗੁਰੂ ਦੇ ਲੜ ਲਾਉਣਾ ਚਾਹੁੰਦਾ ਤੇ ਫਿਰ ਮੇਰੀ ਬੇਨਤੀ ਹੈ ਵੀ ਮੈਨੂੰ ਨਾਲ ਲੈ ਕੇ ਚੱਲ ਮੈਨੂੰ ਪਤਾ ਨੀ ਗੁਰੂ ਕਿੱਥੇ ਰਹਿੰਦਾ ਨਾ ਮੈਨੂੰ ਗੁਰੂ ਦੀ ਪਛਾਣ ਹੈ ਤੂੰ ਨਾਲ ਜਾਵੇਂਗਾ ਤੇ ਮੇਰਾ ਕੰਮ ਸੌਖਾ ਹੋ ਜਾਏਗਾ। ਵਚਨ ਪੜ੍ਹਦੇ ਆ ਅੰਚਲ ਗਹਿ ਕੈ ਸਾਧਕਾ ਤਰਨਾ ਇਹੋ ਸੰਸਾਰ ਸਾਧੂ ਦਾ ਪੱਲਾ ਫੜ ਕੇ ਸੰਸਾਰ ਤੋਂ ਪਰ ਜਾਈਦਾ ਹੈ। ਸੁਦਾ ਸਰੋਵਰ ਕੀ ਦਿਸ਼ਾ ਪ੍ਰਸਥਾਨੋ ਕੀ ਨਾ। ਉਸ ਵੇਲੇ ਚੋਲਾ ਸਾਹਿਬ ਤੋਂ ਵਿਧੀ ਚੰਦ ਚੱਲਿਆ ਭਾਈ ਅਗਲੀ ਨੂੰ ਨਾਲ ਲੈ ਕੇ ਅੰਮ੍ਰਿਤਸਰ ਦੇ ਵੱਲ ਕੀਤਾ ਮੂੰਹ ਜਿੱਥੇ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਬਰਾਜੇ ਹਨ। ਦੋਹਰਾ ਮੈਂ ਕਰ ਅਗਲੀ ਸੰਗ ਮੈਂ ਗੁਰ ਮੈਂ ਮੌਰ ਧਾਰ। ਭਾਈ ਵਿਧੀ ਚੰਦ ਆਪਣੀ ਕਥਾ ਸੁਣਾਉਂਦਾ ਪਿਆ ਛੇਵੇਂ ਪਾਤਸ਼ਾਹ ਨੂੰ ਬਤਾਵਾਂ ਨੂੰ ਵੀ ਭਾਈ ਅਗਲੀ ਨੂੰ ਨਾਲ ਲੈ ਕੇ ਤੇ ਮੈਂ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਮਹਿਮਾ ਹਿਰਦੇ ਵਿੱਚ ਧਾਰਨ ਕਰਕੇ ਉਸ ਵੇਲੇ ਅਮੀਤਾਲ ਪਹੁੰਚਤ ਭਏ ਜਾ ਕੇ ਭਾਗ ਉਦਾਰ। ਮੇਰੇ ਵੱਡੇ ਭਾਗ ਜਾ ਕੇ ਭਾਵੇਂ ਉਦੋਂ ਮੈਨੂੰ ਸਮਝ ਨਹੀਂ ਸੀ ਪਰ ਅੱਜ ਸਮਝਿਆ ਵੀ ਵਾਕਿਆ ਮੇਰਾ ਕੋਈ ਵੱਡਾ ਕਰਮ ਮੇਰੇ ਅੱਗੇ ਆ ਗਿਆ ਜੋ ਮੈਨੂੰ ਸਤਿਗੁਰਾਂ ਨੇ ਐਸੀ ਬਖਸ਼ਿਸ਼ ਕਰ ਦਿੱਤੀ ਹੈ। ਗੁਰੂ ਬੜਾ ਸਮਰੱਥ ਹੈ ਜਦੋਂ ਬਖਸ਼ਦਾ ਪਾਪੀਆਂ ਨੂੰ ਵੀ ਬਖਸ਼ ਦਿੰਦਾ ਜਦੋਂ ਸਿੱਧੇ ਰਾਹ ਲਾਉਂਦਾ ਚੋਰਾਂ ਡਾਕੂਆਂ ਨੂੰ ਵੀ ਲਾ ਦਿੰਦਾ ਹੈ ਐਸਾ ਸਮਰੱਥ ਗੁਰੂ ਹੋਇਆ ਕਰਦਾ। ਵਿਧੀ ਚੰਦ ਕਹਿੰਦਾ ਵੀ ਵੱਡੇ ਭਾਗ ਮੇਰੇ ਹੋਏ
ਜੋ ਮੈਨੂੰ ਗੁਰੂ ਅਰਜਨ ਸਾਹਿਬ ਗੁਰੂ ਮਿਲੇ ਹਨ। ਨਿਸ਼ਾਨੀ ਛੰਦ ਆਗੇ ਸ੍ਰੀ ਗੁਰੂ ਆਗੇ ਸ੍ਰੀ ਅਰਜਨ ਗੁਰੂ ਵਿਚ ਸਭਾ ਸੁਹਾਏ। ਜਦੋਂ ਮੈਂ ਕਹਿੰਦਾ ਅੰਮ੍ਰਿਤਸਰ ਪਹੁੰਚਿਆ ਸਤਿਗੁਰੂ ਪਾਤਸ਼ਾਹ ਦੀਵਾਨ ਵਿਚ ਬੈਠੇ ਸਨ। ਜਨ ਬ੍ਰਹਮਾ ਸੁਰਬ੍ਰਿੰਦ ਮੈਂ ਉਪਦੇਸ਼ ਅਲਾਇ। ਇੱਕ ਉਦਾਹਰਣ ਹੈ, ਕਹਿਣ ਲੱਗੇ ਜਦੋਂ ਬ੍ਰਹਮਾ ਵੇਦ ਪੜ੍ਹਦਾ ਨਾ ਤੇ ਦੇਵਤੇ ਬੈਠ ਕੇ ਸੁਣਦੇ ਨੇ ਬ੍ਰਹਮਾ ਦੇ ਪੜ੍ਹੇ ਹੋਏ ਵੇਦ। ਇੱਧਰ ਕਹਿੰਦੇ ਸਤਿਗੁਰੂ ਅਰਜਨ ਦੇ ਪਾਤਸ਼ਾਹ ਵੀ ਇਸੇ ਤਰ੍ਹਾਂ ਦੇਵਤਿਆਂ ਦੇ ਵਾਂਗ ਸਿੱਖ ਬੈਠੇ ਨੇ ਤੇ ਮਹਾਰਾਜ ਜੀ ਉਪਦੇਸ਼ ਦੇ ਰਹੇ ਹਨ। ਹਰੀ ਉਪਾਇਨ ਅਗਰ ਕੁਛ ਗਹਿ ਪਦ ਅਰਵਿੰਦ। ਮੇਰੇ ਕੋਲ ਜਿਹੜੀ ਕੋਈ ਭੇਟਾ ਸੀ ਉਸ ਵੇਲੇ ਕੋਈ ਰੁਪਈਆ ਚਵਾਨੀ ਜੋ ਵੀ ਹੈ ਮੈਂ ਅੱਗੇ ਰੱਖਿਆ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਮੱਥਾ ਟੇਕਿਆ ਹੈ। ਟਿਕ ਬੈਠਿਓ ਕਰ ਜੋਰ ਕਹਿ ਫਿਰ ਦਸ ਬਿਲ। ਮੈਂ ਸਤਿਗੁਰਾਂ ਦੇ ਕੋਲ ਬੈਠ ਗਿਆ ਹੱਥ ਜੋੜ ਲੈ ਤੇ ਸਤਿਗੁਰਾਂ ਦੇ ਦਰਸ਼ਨ ਕਰਦਾ ਪਿਆ ਸੀ। ਅਗਲੀ ਨੇ ਸਭ ਵਾਰਤਾ ਗੁਰਨਿਕ ਸੁਣਾਈ। ਜਿਹੜਾ ਭਾਈ ਅਗਲੀ ਮੇਰੇ ਨਾਲ ਗਿਆ ਸੀ ਜਿਹਨੇ ਮੈਨੂੰ ਬਚਾਇਆ ਜੱਟਾਂ ਜਿਮੀਦਾਰਾਂ ਦੇ ਕੋਲੋਂ ਉਹਨੇ ਸਾਰੀ ਗੱਲ ਮਹਾਰਾਜ ਨੂੰ ਸੁਣਾਈ ਵੀ ਮਹਾਰਾਜ ਇਹ ਘਟਨਾ ਹੋਈ ਹੈ ਤੇ ਬੰਦਾ ਮੈਂ ਨਾਲ ਲੈ ਕੇ ਆਇਆ। ਮਹਾਰਾਜ ਜੀ ਹੁਣ ਤੁਹਾਡੀ ਸ਼ਰਨ ਵਿਚ ਆਇਆ ਤੁਹਾਡਾ ਸੇਵਕ ਬਣਨਾ ਚਾਹੁੰਦਾ ਹੈ। ਰੱਖਿਆ ਦੀਰਘ ਜਾਨ ਕਰ ਜੁਗ ਲੋਕ ਮਝਾ। ਮਹਾਰਾਜ ਤੁਸੀਂ ਵੱਡੇ ਹੋ ਤੇ ਦੋਵਾਂ ਲੋਕਾਂ ਵਿਚ ਰੱਖਿਆ ਕਰਦੇ ਹੋ ਇਸ ਲੋਕ ਦੇ ਵਿਚ ਔਰ ਪਰਲੋਕ ਦੇ ਵਿਚ। ਮਹਾਰਾਜ ਤੁਸੀਂ ਸਿੱਖਾਂ ਦੇ ਰੱਖਿਆ ਕਹੋ। ਮਹਾਰਾਜ ਇਹ ਮੁਕਤੀ ਲੈਣ ਵਾਸਤੇ ਤੁਹਾਡੇ ਕੋਲ ਰਹਿਣਾ ਚਾਹੁੰਦਾ ਹੈ। ਇਹ ਚੋਰੀ ਤੋਂ ਤੋਬਾ ਕਰ ਚੁੱਕਿਆ ਚੋਰੀ ਨਹੀਂ ਕਰੇਗਾ ਔਰ ਤੁਹਾਡਾ ਉਪਦੇਸ਼ ਲੈ ਕੇ ਕਮਾਈ ਕਰਕੇ ਮੁਕਤੀ ਦੀ ਇੱਛਾ ਰੱਖ ਕੇ ਤੁਹਾਡੇ ਕੋਲ ਆਇਆ। ਇਸ ਤਰ੍ਹਾਂ ਭਾਈ ਅਗਲੀ ਨੇ ਗੁਰੂ ਅਰਜਨ ਸਾਹਿਬ ਨੂੰ ਬੇਨਤੀ ਕੀਤੀ ਹੈ। ਸੁਣ ਬੇਨਤੀ ਗੁਰ ਦਇਆ ਨਿਤ ਬਹੁ ਭਏ ਪ੍ਰਸੰਨ। ਸਤਿਗੁਰੂ ਪਾਤਸ਼ਾਹ ਨੇ ਸੁਣੇ ਬਚਨ ਤੇ ਮਹਾਰਾਜ ਹੱਸ ਪਏ ਖੁਸ਼ ਹੋ ਕੇ। ਸਤਿਗੁਰੂ ਪਾਤਸ਼ਾਹ ਉਸ ਵੇਲੇ ਕਹਿੰਦੇ ਹਨ ਅੰਮ੍ਰਿਤ ਮੌਕਾ ਦਿਓ ਕਰ ਸਿੱਖ ਅਨੰਨ। ਸਤਿਗੁਰੂ ਪਾਤਸ਼ਾਹ ਨੇ ਚਰਨਾ ਅੰਮ੍ਰਿਤ ਉਸ ਵੇਲੇ ਬਖਸ਼ਿਆ ਆਪਣਾ ਸਿੱਖ ਬਣਾਉਣ ਵਾਸਤੇ। ਜਿਵੇਂ ਅੱਜ ਆਪਾਂ ਖੰਡੇ ਪਹੁੰਚ ਸਕਦੇ ਹਾਂ ਨਾ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਸਿੱਖ ਬਣਦੇ ਹਾਂ ਉਦੋਂ ਖੰਡੇ ਬਾਟੇ ਦਾ ਅੰਮ੍ਰਿਤ ਇਹ ਦਸਵੇਂ ਪਾਤਸ਼ਾਹ ਨੇ ਤਿਆਰ ਕੀਤਾ। ਪਹਿਲਾਂ ਗੁਰੂ ਦੇ ਜਿਹੜੇ ਚਰਨਾ ਅੰਮ੍ਰਿਤ ਸਨ ਉਹ ਲੈ ਜਾਂਦੇ ਸਨ। ਇਸ ਤਰ੍ਹਾਂ ਮੈਂ ਸਿੱਖੀ ਧਾਰਨ ਕੀਤੀ ਹੈ। ਉਪਦੇਸ਼ੋ ਸਤਨਾਮ ਕੋ ਸਿਮਰਨ। ਸਤਿਗੁਰਾਂ ਨੇ ਆਖਿਆ ਵੀ ਭਾਈ ਦਿਨੇ ਰਾਤ ਤੂੰ ਆਪਣੇ ਮੁਖ ਤੋਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਬਸ ਇਹ ਜਿਹੜੀ ਕਮਾਈ ਹੈ ਨਾ ਸਤਿਗੁਰਾਂ ਨੇ ਮੈਨੂੰ ਬਖਸ਼ੀ ਵੀ ਇਹ ਕਮਾਈ ਕਰਨੀ ਹੈ। ਅਗਲੀ ਨੂੰ ਮੁਝੇ ਆਪਣੋ ਕਰਨਾ ਰਸ ਮੈਨੂੰ। ਤੇ ਸਤਿਗੁਰਾਂ ਨੇ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਮਿਹਰ ਦੇ ਨੇਤਰਾਂ ਦੇ ਨਾਲ ਤੱਕ ਕੇ ਮਹਾਰਾਜ ਨੇ ਆਪਣਾ ਹੀ ਬਣਾ ਲਿਆ। ਜਦੋਂ ਮਹਾਰਾਜ ਨੇ ਤੱਕਿਆ ਨਾ ਮਿਹਰ ਕਰਕੇ ਮੇਰੇ ਵੱਲ ਮੇਰੇ ਸਾਰੇ ਪਾਪ ਨਾਸ ਹੋ ਗਏ। ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ। ਗੁਰੂ ਅਰਜਨ ਸਾਹਿਬ ਦੀ ਅੰਮ੍ਰਿਤ ਦ੍ਰਿਸ਼ਟੀ ਨੇ ਮੇਰੇ ਪਾਪ ਖਤਮ ਕਰਕੇ ਮੈਨੂੰ ਉਦੋਂ ਹੀ ਸਾਧੂ ਬਣਾ ਦਿੱਤਾ ਔਰ ਸਤਿਗੁਰਾਂ ਦੀ ਮਹਿਮਾ ਕਰਕੇ ਕਿਰਪਾ ਕਰਕੇ ਮੈਂ ਸਤਿਗੁਰਾਂ ਦਾ ਉਸ ਵੇਲੇ ਬਣ ਗਿਆ ਹਾਂ। ਚੋਰੀ ਤਿਆਗੇ ਵਾ ਮੈਂ ਤੇ ਅੱਛੇ ਮਗ ਚਾਲੇ। ਉਦੋਂ ਤੋਂ ਮੈਂ ਚੋਰੀ ਛੱਡ ਦਿੱਤੀ ਜਦੋਂ ਤੋਂ ਮੈਂ ਗੁਰੂ ਅਰਜਨ ਸਾਹਿਬ ਦਾ ਸਿੱਖ ਬਣਿਆ ਤੇ ਚੰਗੇ ਰਾਹ ਦੇ ਉੱਪਰ ਸੰਤ ਕਾ ਮਾਰਗ ਧਰਮ ਕੀ ਪੌੜੀ ਉਸ ਰਾਹ ਤੇ ਚੱਲਿਆ ਹਾਂ। ਗੁਰੂ ਗਿਰਾ ਪਟਿਆ ਸੁਣਾਓ ਪ੍ਰਭ ਰਜਾ ਸੁਮਾ। ਤੇ ਉਸ ਵੇਲੇ ਮੈਂ ਗੁਰੂ ਗਿਰਾ ਗੁਰੂ ਬਾਣੀ ਜਿਹੜੀ ਹੈ ਨਾ ਉਹ ਪੜ੍ਹਨ ਲੱਗ ਪਿਆ ਸਿੱਖਾਂ ਕੋਲੋਂ ਸਿੱਖ ਕੇ ਸੁਣ ਕੇ। ਫਿਰ ਮੈਂ ਦਿਨੇ ਰਾਤ ਗੁਰਬਾਣੀ ਨੂੰ ਪੜ੍ਹਦਾ ਹਾਂ। ਸੁਣ ਗੁਰ ਤੇ ਮੈਂ ਤਉ ਕਹਿਓ ਮੋਏ ਪਟਿਆ ਮੋਏ ਭਰਿਓ ਸੁਭਾਓ। ਉਸ ਵੇਲੇ ਵਿਧੀ ਚੰਦ ਕਹਿੰਦਾ ਵੀ ਜਦੋਂ ਮਹਾਰਾਜ ਨੇ ਆਖਿਆ ਨਾ ਵਿਧੀ ਚੰਦਾ ਚੋਰੀ ਛੱਡ ਦੇ ਤੇ ਨਾਮ ਜਪਿਆ ਕਰ। ਕਹਿੰਦਾ ਮੈਂ ਸੋਚਿਆ ਵੀ ਬਾਅਦ ਵਿੱਚ ਵੀ ਗੱਲ ਕਰਨੀ ਹੈ ਹੁਣੇ ਨਾ ਕਰ ਲਵਾਂ ਮਹਾਰਾਜ ਦੇ ਨਾਲ। ਮੈਂ ਹੱਥ ਜੋੜ ਕੇ ਆਖਿਆ ਮਹਾਰਾਜ ਜਿਹੜਾ ਸੁਭਾਅ ਪੈ ਜਾਵੇ ਉਹ ਜਾਂਦਾ ਨਹੀਂ ਹੁੰਦਾ। ਮੇਰਾ ਸੁਭਾਅ ਬਣਿਆ ਸ਼ੁਰੂ ਤੋਂ ਚੋਰੀ ਕਰਨੀ। ਵਾਰੇ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਜਾਂ ਆਦਤ ਪਈ ਜਾਂਦੀ ਨਹੀਂ ਹੈ। ਵਿਧੀ ਚੰਦ ਕਹਿੰਦਾ ਵੀ ਮਹਾਰਾਜ ਪਛਾਦਾ ਨੀ ਅਜਮਾਉਣਾ ਉਹਨਾਂ ਚਿਰ ਦਿਨਾਂ ਜਿਹੜੇ ਕੰਮ ਨਾ ਕੀਤਾ ਇਹ ਚੋਰੀ ਦੀ ਆਦਤ ਪਈ ਹੈ ਤੁਸੀਂ ਆਖਦੇ ਹੋ ਛੱਡ ਦਿਓ
ਇਹ ਕਿਵੇਂ ਛੱਡ ਸਕਦਾ, ਇਹ ਮੇਰਾ ਸੁਭਾਅ ਬਣਿਆ, ਇਹ ਤੇ ਮੇਰੇ ਖੂਨ ਵਿੱਚ ਰਚ ਗਿਆ ਕੰਮ। ਜਿੰਨਾ ਚਿਰ ਖੂਨ ਚੱਲੇਗਾ ਉਹਨਾਂ ਚਿਰ ਮਹਾਰਾਜ ਇਹ ਕੰਮ ਵੀ ਨਾਲ ਚੱਲੇਗਾ। ਪਰ ਤੁਸੀਂ ਦੱਸੋ ਵੀ ਕੀ ਕਰਨਾ ਹੈ। ਛੁੱਟਾ ਨਾ ਚੋਰੀ ਚੈਤ ਚਿਤ ਸਾਚ ਪਲਾਓ। ਮਹਾਰਾਜ ਮੈਂ ਸੱਚ ਦੱਸ ਰਿਹਾ, ਇਹ ਨੀ ਵੀ ਅੱਜ ਹਾਂ ਹਾਂ ਕਰਕੇ ਤੁਹਾਡੀ ਗੱਲ ਮੰਨ ਲਵਾਂ ਤੇ ਕੱਲ ਨੂੰ ਫਿਰ ਉਹ ਕਰਤੂਤਾਂ ਕਰਾਂ। ਮਹਾਰਾਜ ਮੈਂ ਛੱਡਣਾ ਚਾਹਾਂ ਤੇ ਤਾਂ ਵੀ ਛੁੱਟਣੀ ਨੀ ਚੋਰੀ ਜਿਹੜੀ ਹੈ ਨਾ, ਜੇ ਮੈਂ ਚੋਰੀ ਨੂੰ ਛੱਡ ਦਿੱਤਾ ਤੇ ਚੋਰੀ ਨੇ ਮੈਨੂੰ ਕੋਈ ਨੀ ਛੱਡਣਾ ਸੀ। ਦੋਵਾਂ ਨੂੰ ਇੱਕ ਦੂਜੇ ਨੂੰ ਬੱਧਾ ਹੋਇਆ ਫੜਿਆ ਹੋਇਆ। ਮਹਾਰਾਜ ਇਹ ਛੱਡੀ ਨਹੀਂ ਜਾਣੀ, ਕਿਤੇ ਨਾ ਕਿਤੇ ਮੇਰੇ ਮਨ ਵਿੱਚ ਕੋਈ ਨਾ ਕੋਈ ਤੇ ਇਹ ਗੱਲ ਆ ਹੀ ਜਾਣੀ ਹੈ। ਇਹ ਨਾ ਹੋਵੇ ਤੁਹਾਡੇ ਸਿੱਖਾਂ ਦੇ ਬਸਤਰ ਹੀ ਚੁੱਕਣ ਲੱਗ ਪਵਾਂ ਵੀ ਚਲੋ ਇਧਰ ਹੀ ਆਹ ਕੰਮ ਪੂਰਾ ਕਰ ਦਵਾਂ। ਮਹਾਰਾਜ ਇਹ ਆਦਤ ਬਣੀ ਹੈ, ਇਹ ਜਾਵੇਗੀ ਕਿਵੇਂ, ਇਹ ਮੇਰੇ ਮਨ ਦਾ ਸਵਾਲ ਹੈ ਵੀ ਇਹ ਛੱਡੀ ਬੜੀ ਔਖੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਸੁਣ ਕੇ ਨਾ ਬਚਨ ਹੱਸ ਪਏ। ਮਹਾਰਾਜ ਬੜੇ ਖੁਸ਼ ਹੋਏ, ਕਹਿਣ ਲੱਗੇ ਇਹ ਤੇ ਬੜੀ ਤੂੰ ਸਿੱਧੀ ਗੱਲ ਹੀ ਕਹਿ ਦਿੱਤੀ, ਅਸੀਂ ਆਖਦੇ ਹਾਂ ਵੀ ਚੋਰੀ ਛੱਡ ਤੇ ਤੂੰ ਆਖਦਾ ਮਹਾਰਾਜ ਇਹਦੇ ਖੂਨ ਵਿੱਚ ਰੱਜ ਗਈ ਛੱਡੀ ਨਹੀਂ ਜਾਂਦੀ। ਇਹ ਤੇ ਸਾਡੇ ਬਚਨ ਨੂੰ ਉਲਟਾਉਣ ਦਾ ਯਤਨ ਕੀਤਾ। ਹੱਸ ਕੇ ਮਹਾਰਾਜ ਉਸ ਵੇਲੇ ਕਹਿੰਦੇ ਹਨ ਜੇ ਚੋਰੀ ਤੇ ਹਟ ਨਾ ਕਰੋ ਸੁਜਾਨ। ਮਹਾਰਾਜ ਕਹਿੰਦੇ ਜੇ ਚੋਰੀ ਤੋਂ ਨਹੀਂ ਨਾ ਹਟ ਸਕਦਾ ਤੇ ਫਿਰ ਇਸ ਤਰ੍ਹਾਂ ਸਾਡਾ ਇਹ ਬਚਨ ਮੰਨਣਾ ਕਰ। ਕੋਏ ਦੁਖ ਆਸਨ ਜੈ ਕੁਛ ਹਾਧਨਾ। ਸੋ ਮਹਾਰਾਜ ਕਹਿਣ ਲੱਗੇ ਵੀ ਜੇ ਫਿਰ ਤੇ ਕਰਮ ਕਰਨਾ ਹੀ ਚਾਹੁੰਦਾ ਨਾ ਤੇ ਫਿਰ ਇਹ ਕਰ ਲਿਆ ਕਰ ਵੀ ਜਦੋਂ ਕੋਈ ਬਹੁਤਾ ਗਰੀਬ ਹੋਵੇ ਨਾ ਜਿਹਦੇ ਕੋਲ ਖਾਣ ਵਾਸਤੇ ਭੋਜਨ ਨਹੀਂ ਤੇ ਪਹਿਨਣ ਵਾਸਤੇ ਵਸਤਰ ਨਹੀਂ ਤੇ ਫਿਰ ਉਹਨੂੰ ਦਾਨ ਪੁੰਨ ਕਰਿਆ ਕਰ ਦਿੰਦਾ ਕਰ ਸਕਦਾ, ਮਦਦ ਕਰ ਦਿਆ ਕਰ ਗਰੀਬ ਗੁਰਬੇ ਦੀ। ਪਰ ਇਹ ਚੋਰੀ ਦਾ ਕਾਰਜ ਛੱਡ, ਆਪਣੇ ਵਾਸਤੇ ਨਾ ਕੁਝ ਕਰਿਆ ਕਰ। ਲੋਕ ਭਲਾਈ ਵਾਸਤੇ ਜਦੋਂ ਥੋੜੀ ਬੋਦੀ ਤੇਰੇ ਹੱਥਾਂ ਵਿੱਚ ਖੁਰਕ ਹੋਵੇ ਉਦੋਂ ਇਹਨਾਂ ਉਹ ਕੰਮ ਕਰ ਲਿਆ ਕਰ, ਦੁਨੀਆਂ ਦਾ ਭਲਾ ਕਰ ਛੱਡਿਆ ਕਰ, ਨਾਲੇ ਤੇਰਾ ਹੁਨਰ ਜਿਹੜਾ ਇਹ ਵੀ ਬਣਿਆ ਰਹੇਗਾ ਤੇ ਗਰੀਬਾਂ ਦਾ ਭਲਾ ਹੋਵੇਗਾ। ਇਸ ਤਰ੍ਹਾਂ ਫਿਰ ਕਰਨਾ ਹੈ। ਇਸ ਹਿੱਤ ਕਰ ਉਪਕਾਰ ਕੋ ਅਚ ਕਰ ਤ੍ਰਿਪਤਾ। ਮਹਾਰਾਜ ਕਹਿਣ ਲੱਗੇ ਵੀ ਇਸ ਤਰ੍ਹਾਂ ਫਿਰ ਤੇਰਾ ਜਿਹੜਾ ਹੈ ਨਾ ਭੋਜਨ ਪ੍ਰਸ਼ਾਦਾ ਵੀ ਤੈਨੂੰ ਹਜਮ ਹੁੰਦਾ ਰਹੇਗਾ, ਕਿਉਂਕਿ ਤੇਰੀ ਪ੍ਰੈਕਟਿਸ ਨਾਲ ਦੀ ਨਾਲ ਚੱਲਦੀ ਰਹਿਣੀ ਉਹ ਕੰਮ ਕਰਨ ਦੀ, ਨਾਲੇ ਗਰੀਬਾਂ ਦੀਆਂ ਅਸੀਸਾਂ ਪ੍ਰਾਪਤ ਹੋ ਜਾਣਗੀਆਂ, ਗਰੀਬਾਂ ਦਾ ਭਲਾ ਹੋ ਜਾਏਗਾ। ਔਰ ਲੁੱਟਣਾ ਕਿਸੇ ਗਰੀਬ ਨੂੰ ਨਹੀਂ ਹੈ, ਜੇ ਕਿਤੇ ਦਾ ਲਾਉਣਾ ਵੀ ਹੈ ਤੇ ਚੰਗੇ ਸੇਠ ਨੂੰ ਲਾਉਣਾ ਜਿਹਨੇ ਦੁਨੀਆਂ ਦੀ ਮਾਇਆ ਬੇਈਮਾਨੀ ਨਾਲ ਕਮਾਈ ਹੈ ਨਾ, ਉਹਨੂੰ ਥੋੜਾ ਜਿਹਾ ਹੱਥ ਹੌਲਾ ਕਰ ਛੱਡਿਆ ਕਰ ਤੇ ਗਰੀਬ ਦੀ ਮਦਦ ਕਰ ਦਿਆ ਕਰ। ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਚਲੋ ਨਾਲੇ ਪਰਉਪਕਾਰ ਹੈ ਤੇ ਨਾਲੇ ਤੇਰੀ ਉਹ ਜਿਹੜੀ ਕਸਰਤ ਬਣੀ ਆ ਹੁੰਦੀ ਰਹੇਗੀ। ਇਸ ਤਰ੍ਹਾਂ ਪਾਤਸ਼ਾਹ ਨੇ ਆਖਿਆ ਹੈ। ਤਨਕ ਧਨ ਲਿਆ ਦੀਜਾ। ਉਸ ਵੇਲੇ ਵਿਧੀ ਚੰਦ ਕਹਿੰਦਾ ਵੀ ਮੈਂ ਵੇਖਦਾ ਜਿਹੜਾ ਵੀਰ ਹੁੰਦਾ ਨਾ ਵੱਡਾ ਸੇਠ ਕੋਈ ਧਨਾਨ ਤੇ ਫਿਰ ਉਹਦੀ ਤਿਜੋਰੀ ਨੂੰ ਜਾ ਕੇ ਚਾਬੀ ਮੈਂ ਲਾ ਲੈਂਦਾ ਤੇ ਜਿੱਥੇ ਬਹੁਤੀ ਮਾਇਆ ਪਈ ਉਹਦੇ ਵਿੱਚੋਂ ਥੋੜਾ ਜਿਹਾ ਗੱਫਾ ਚੁਰਾ ਕੇ ਉਹਦਾ ਦਸਵੰਧ ਕੱਢ ਕੇ ਲੈ ਆਉਂਦਾ। ਬਹੁਤਾ ਨੰਗ ਮੈਂ ਸੇਠ ਨੂੰ ਵੀ ਨਹੀਂ ਕੀਤਾ, ਬਹੁਤਾ ਨਹੀਂ ਲੁੱਟਿਆ ਤੇ ਬਹੁਤਾ ਗਰੀਬ ਨੂੰ ਵੀ ਨਹੀਂ ਲਜਾਇਆ। ਜਿੰਨਾ ਕੋਈ ਦਾ ਲੱਗਾ ਵੀ ਸੇਠ ਵੀ ਸਹਿ ਲਵੇ ਹੋਕੇ ਨਾਲ ਨਾ ਮਰ ਜਾਵੇ ਤੇ ਗਰੀਬ ਵੀ ਕਿਤੇ ਜਿਹੜਾ ਹੈ ਉਹ ਕਿਤੇ ਮਾੜੇ ਪਾਸੇ ਨਾ ਤੁਰ ਜਾਵੇ। ਇਸ ਤਰ੍ਹਾਂ ਸਹਿੰਦਾ ਸਹਿੰਦਾ ਜਾ ਕੰਮ ਦੋਵਾਂ ਪਾਸੇ ਮੈਂ ਕਰਦਾ ਹਾਂ। ਜਾਏ ਕੰਮ ਤਾਂ ਇਸ ਵਿਧ ਕੀ ਜੇ। ਸਤਿਗੁਰਾਂ ਨੇ ਆਖਿਆ ਵੀ ਜੇ ਨਾ ਛੱਡੀ ਜਾਵੇ, ਪਹਿਲੀ ਤੇ ਗੱਲ ਹੈ ਵੀ ਛੱਡ ਦੇ, ਚੋਰੀ ਕਰਨੀ ਮਾੜੀ ਹੈ ਭਾਵੇਂ ਗਰੀਬ ਦੀ ਮਦਦ ਵਾਸਤੇ ਕਰਨੀ ਹੈ ਉਹ ਵੀ ਮਾੜੀ ਹੈ, ਪਰ ਜੇ ਫਿਰ ਵੀ ਸਿਰ ਤੋਂ ਪਾਣੀ ਲੰਘ ਜਾਵੇ ਵੀ ਤੇਰੇ ਤੋਂ ਨਾ ਹੀ ਛੁੱਟੇ ਕਿਉਂਕਿ ਆਪ ਜਿਹੜੀ ਜਨਮ ਤੋਂ ਬਣੀ ਹੈ ਛੱਡਣੀ ਔਖੀ ਹੈ, ਤੇ ਫਿਰ ਕਿਸੇ ਗਰੀਬ ਦੇ ਭਲੇ ਵਾਸਤੇ ਇਹਨਾਂ ਨੂੰ ਕੰਮ ਥੋੜਾ ਜਿਹਾ ਜਿਹਦੇ ਨਾਲ ਅਮੀਰ ਨੂੰ ਵੀ ਫਰਕ ਨਾ ਪਵੇ ਤੇ ਗਰੀਬ ਦੀ ਮਦਦ ਹੋ ਜਾਵੇ ਇਹ ਕਰ ਲਿਆ ਕਰ। ਵੈਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ ਕਿ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਚੋਰ ਦੀ ਹਾਮੀ ਗੁਰੂ ਪੀਰ ਲੋਕ ਪ੍ਰਲੋਕ ਵਿੱਚ ਨਹੀਂ ਭਰਦਾ, ਚੋਰ ਦੇ ਕੀਤੇ ਕਰਮ ਨੂੰ ਚੰਗਾ ਨਹੀਂ ਸਮਝਿਆ ਜਾਂਦਾ, ਚੋਰੀ ਕਰਨੀ ਮਹਾਂ ਪਾਪ ਹੈ।
ਪਰ ਇੱਥੇ ਕੁਝ ਸਮਝਾਉਣ ਦਾ ਵਚਨ ਹੈ, ਸਤਿਗੁਰੂ ਦੀ ਸਿੱਖਿਆ ਦਿੰਦੇ ਹਨ। ਗੁਰ ਉਪਦੇਸ਼ ਕੋ ਮੈਂ ਧਾਰਨ ਕੀਨਾ, ਇਹ ਕਹਿਣ ਲੱਗਾ ਉਸ ਵੇਲੇ ਸੁਣ ਸਤਿਗੁਰ ਉਪਦੇਸ਼ ਮਹਾਰਾਜ ਦਾ ਬਚਨ ਸੁਣ ਕੇ ਤੇ ਮੈਂ ਧਾਰਨ ਕਰ ਲਿਆ ਮਹਾਰਾਜ ਠੀਕ ਹੈ, ਪਹਿਲੀ ਤੇ ਗੱਲ ਚੋਰੀ ਕਰਾਂਗਾ ਨਹੀਂ, ਜੇ ਕਿਤੇ ਕਰਨੀ ਪਈ ਤੇ ਫਿਰ ਇਸੇ ਤਰ੍ਹਾਂ ਹੀ ਕਰਾਂਗਾ, ਅਮੀਰ ਦਾ ਥੋੜਾ ਜਿਹਾ ਭਾਰ ਘਟਾ ਕੇ ਤੇ ਗਰੀਬ ਦੇ ਵਿੱਚ ਵੰਡ ਦਿਆ ਕਰਾਂਗਾ। ਮੈਂ ਕੁਝ ਦਿਨ ਫਿਰ ਮਹਾਰਾਜ ਦੇ ਬੋਲ ਰਿਹਾ ਤੇ ਉਹ ਜਿਹੜਾ ਸਿੱਖ ਮੈਨੂੰ ਲੈ ਕੇ ਆਇਆ ਸੀ ਭਾਈ ਅਦਲੀ ਉਹਦੀ ਸੇਵਾ ਵਿੱਚ ਲੱਗਾ ਹੈ। ਹੁਣ ਅਦਲੀ ਕੇ ਸੰਗ ਮੈਂ ਕਰ ਚੌਂਕ ਵਿਸਾਲੀ, ਉਸ ਵੇਲੇ ਭਾਈ ਅਦਲੀ ਦੇ ਨਾਲ ਮੈਂ ਬਹੁਤ ਜਿਆਦਾ ਵਿਸ਼ਵਾਸ ਕਰਕੇ ਜਾਂ ਸ਼ਰਧਾ ਕਰਕੇ ਵੀ ਇਹ ਮੈਨੂੰ ਲੈ ਕੇ ਆਇਆ, ਗੁਰੂ ਕੋਲ ਇਹਨੇ ਮੈਨੂੰ ਮਾਂ ਤੋਂ ਵੀ ਬਚਾਇਆ ਔਰ ਗੁਰੂ ਦੀ ਸਿੱਖੀ ਵੀ ਦਵਾਈ ਹੈ, ਇਹ ਮੇਰੇ ਤੇ ਪਰਉਪਕਾਰ ਕੀਤਾ। ਇਸ ਤਰ੍ਹਾਂ ਮਨ ਵਿੱਚ ਜਾਣ ਕੇ ਗਮਨੇ ਆਪਣੇ ਨਾਨਕੇ ਗ੍ਰਾਮ ਜੋ ਸਰਹਾਲੀ, ਸੋ ਸਰਹਾਲੀ ਨਾਮ ਦਾ ਪਿੰਡ ਹੈ, ਇਹ ਚੋਲਾ ਤੇ ਸਰਹਾਲੀ ਬਿਲਕੁਲ ਨੇੜੇ ਨੇੜੇ ਲੱਗਣ ਨੇ। ਕਹਿੰਦਾ ਚੋਲੇ ਵਿੱਚ ਮੇਰੀਆਂ ਮੱਝਾਂ ਤੋਂ ਮੈਂ ਮਾਂ ਤੋਂ ਬਚਿਆ ਤੇ ਮੇਰੇ ਨਾਨਕੇ ਸਰਹਾਲੀ ਪਿੰਡ ਸਨ ਤੇ ਫਿਰ ਮੈਂ ਭਾਈ ਅਦਲੀ ਦੇ ਨਾਲ ਆਪਣੇ ਨਾਨਕੇ ਪਿੰਡ ਹੀ ਚਲਾ ਗਿਆ ਵੀ ਚਲੋ ਉਹਨਾਂ ਦੇ ਕੋਲ ਰਵਾਂਗੇ, ਨਾਲੇ ਨੂੰ ਚੰਗੀ ਸਿੱਖਿਆ ਤੋਂ ਭਾਈ ਅਗਲੀ ਦੀ ਸੰਗਤ ਵੀ ਮਿਲ ਜਾਏਗੀ ਤੇ ਨਾਲੇ ਮੈਂ ਆਪਣੇ ਆਪ ਨੂੰ ਬਦਲਣ ਦਾ ਯਤਨ ਕਰਾਂਗਾ। ਇਸ ਤਰ੍ਹਾਂ ਕਹਿ ਕੇ ਉਹ ਪਿੰਡ ਆਪਣੀ ਸਰਹਾਲੀ ਪਹੁੰਚ ਗਿਆ। ਹਾਂ ਜਾ ਮੁਕਾਬਰ ਚ ਉਪਜੈ ਦੇ ਦਮਨੋ ਹਿਤ, ਜਦੋਂ ਕਿਤੇ ਮੈਨੂੰ ਬਹੁਤੀ ਉਹ ਆਉਣ ਲੱਗ ਪਿਆ ਨਾ ਮਨ ਵਿੱਚ ਵੀ ਇੰਨੇ ਦਿਨ ਹੋ ਗਏ ਨੇ ਕੰਮ ਕੀਤਾ ਨੀ ਜਿਹੜਾ ਮੈਂ ਰੋਜ਼ ਕਰਦਾ ਹਾਂ, ਜਦੋਂ ਹੱਥਾਂ ਵਿੱਚ ਥੋੜਾ ਜਿਹਾ ਮੈਨੂੰ ਖੁਰਕ ਹੋਣ ਲੱਗਦੀ ਤੇ ਫਿਰ ਮੈਂ ਤਕਾ ਲੈਂਦਾ ਕੋਈ ਤਕੜਾ ਜਿਹਾ ਸੇਠ ਵੀ ਇਹਦੇ ਕੋਲ ਚੰਗੀ ਮਾਇਆ ਸ਼ਾਹੂਕਾਰ ਦੇ ਕੋਲ, ਫਿਰ ਚੰਗੀ ਤਰ੍ਹਾਂ ਮੈਂ ਆਸਾ ਪਾਸਾ ਵੇਖ ਕੇ ਦਾ ਤਕਾ ਕੇ ਤੇ ਫਿਰ ਮੈਂ ਉਹ ਕਰਮ ਕਰਦਾ ਹਾਂ। ਰਮਕਾਨ ਕੋ ਬਿਗ ਦੇਤ ਭਾ ਉਰ ਗੁਰ ਬਗਡੋਰੀ, ਗੁਰੂ ਦੇ ਉੱਪਰ ਮੈਂ ਵਿਸ਼ਵਾਸ ਰੱਖਿਆ ਵੀ ਮਹਾਰਾਜ ਜੇ ਹੁਣ ਫੜਿਆ ਨੀ ਮੈਂ ਜਾਣਾ ਚਾਹੀਦਾ ਵੀ ਵਜਨ ਤੁਹਾਡਾ ਕਮਾਇਆ, ਜੇ ਮੈਂ ਫੜਿਆ ਗਿਆ ਤੇ ਹੁਣ ਲਾਜ ਤੁਹਾਨੂੰ ਆਉਣੀ, ਲੋਕਾਂ ਆਖਣਾ ਵੀ ਗੁਰੂ ਅਰਜਨ ਸਾਹਿਬ ਦਾ ਸਿੱਖ ਹੈ ਮਹਾਰਾਜ ਤੇ ਭਰੋਸਾ ਰੱਖ ਕੇ ਤੇ ਮੈਂ ਇਸ ਤਰ੍ਹਾਂ ਫਿਰ ਕਰਮ ਨਿਕਾ ਮੁਕਾ ਕਰ ਲੈਂਦਾ ਹਾਂ। ਮੈਂ ਬੈਠੇ ਉਹ ਤੋਂ ਆਈ ਬਿਜਨਾਰੀ, ਕਹਿਣ ਲੱਗੇ ਵੀ ਇੱਕ ਦਿਨ ਮੈਂ ਬੈਠਾ ਹੋਇਆ ਸੀ, ਵਿਧੀ ਚੰਦ ਕਹਿੰਦਾ ਜੇ ਇੱਕ ਬ੍ਰਾਹਮਣ ਦੀ ਜਿਹੜੀ ਘਰ ਵਾਲੀ ਬ੍ਰਾਹਮਣੀ ਹੈ ਨਾ ਉਹ ਮੇਰੇ ਕੋਲ ਆਈ ਹੈ, ਉਸਨੇ ਮੈਨੂੰ ਆ ਕੇ ਦੱਸਿਆ ਆਪਣੀ ਵਾਰਤਾ ਆਪਣਾ ਦੁੱਖ, ਇਹ ਬ੍ਰਾਹਮਣ ਦੀ ਘਰ ਵਾਲੀ ਕਹਿਣ ਲੱਗਾ ਬੜੀ ਦੁਖੀ ਹੈ ਤੇ ਦੁਖੀ ਹੋ ਕੇ ਮੈਨੂੰ ਇਸ ਤਰ੍ਹਾਂ ਕਹਿੰਦੀ ਆ ਕੇ ਸੁਣੋ ਗੁਰੂ ਸਿੱਖ ਮੈਂ ਸੁਣੋ ਤੁਮਰੋ ਜਸ, ਉਸ ਵੇਲੇ ਬੀਬੀ ਕਹਿਣ ਲੱਗੀ ਵੀ ਗੁਰੂ ਕਿਆ ਸਿੱਖਾ ਮੈਂ ਤੇਰਾ ਬੜਾ ਜਸ ਸੁਣਿਆ, ਇਹ ਜਸ ਥੋੜੀ ਹੈ ਚੋਰੀ ਕਰਨੀ, ਇਹ ਹੈ ਤੇ ਮਾੜੀ ਗੱਲ ਪਰ ਹੁਣ ਉਹਨੇ ਕੰਮ ਲੈਣਾ, ਉਹ ਚੋਰੀ ਨੂੰ ਵੀ ਜਸ ਹੀ ਦੱਸਦੀ ਪਈ ਹੈ ਵੀ ਤੇਰੀਆਂ ਬੜੀਆਂ ਹੀ ਵਡਿਆਈਆਂ ਸੁਣੀਆਂ, ਤੂੰ ਬੜੀਆਂ ਚੋਰੀਆਂ ਨੇ ਚੰਗੇ ਕੰਮ ਕਰਦਾ। ਕਹਿਣ ਲੱਗੇ ਇਸ ਤਰ੍ਹਾਂ ਜਦੋਂ ਮੈਂ ਸੁਣਿਆ ਕਿ ਉਸ ਬੀਬੀ ਨੇ ਮੈਨੂੰ ਆਖਿਆ ਵੀ ਤੂੰ ਬੜੇ ਇਹੋ ਜਿਹੇ ਪਰਉਪਕਾਰ ਕਰਦਾ ਹੈ, ਅਚੋ ਦੀਨਨ ਪਰਉਪਕਾਰ ਕੋ ਕਰਵੇ ਨਿਤ ਵਾਸੋ, ਤੂੰ ਬੜਾ ਇਹ ਪਰਉਪਕਾਰ ਕਰਦਾ ਗਰੀਬਾਂ ਦੇ ਉੱਪਰ, ਇਹ ਜਸ ਕੋਈ ਨੀ ਜੇ ਫੜਿਆ ਜਾਵੇ ਤੇ ਹੱਡ ਵੀ ਉਹਦੇ ਟੁੱਟਣੇ ਨੇ ਜਿਹੜਾ ਚੋਰੀ ਕਰਨ ਗਿਆ, ਮਗਰੋਂ ਕੋਈ ਨੀ ਬਾਤ ਪੁੱਛਦਾ ਜਾ ਕੇ ਵੀ ਤੂੰ ਮੈਂ ਭੇਜਿਆ ਹੈ, ਪਰ ਇਹ ਦੁਖੀ ਹੈ ਤੇ ਮਦਦ ਲੈਣਾ ਚਾਹੁੰਦੀ ਹੈ। ਕਹਿਣ ਲੱਗੇ ਵੀ ਤੂੰ ਦੁਖੀਆਂ ਦੇ ਬੜੇ ਦੁੱਖ ਦੂਰ ਕਰਦਾ ਹੈ ਤੇ ਮੇਰਾ ਵੀ ਇੱਕ ਵੱਡਾ ਦੁੱਖ ਮੈਨੂੰ ਆ ਕੇ ਪੈ ਗਿਆ ਹੈ, ਦਰਦ ਹਮਰੇ ਬਦਨ ਕੋ ਨੈ ਪਾਏ ਅਹਾਰਾ, ਸਾਡੇ ਘਰ ਵਿੱਚ ਬਹੁਤ ਜ਼ਿਆਦਾ ਦਰਿੰਦਰ ਪੈ ਗਿਆ, ਦਰਿੰਦਰ ਤੋਂ ਭਾਵ ਹੈ ਵੀ ਕੰਗਾਲੀ ਪੈ ਗਈ ਹੈ, ਗਰੀਬੀ ਪੈ ਗਈ ਹੈ ਤੇ ਅਸੀਂ ਕਈ ਕਈ ਦਿਨ ਪ੍ਰਸ਼ਾਦਾ ਨਹੀਂ ਛਕਦੇ ਵੀ ਪੈਸਾ ਹੀ ਕੋਈ ਹੈ ਨਹੀਂ, ਕੋਲ ਨਾ ਅੰਨ ਆਵੇ ਤੇ ਅੰਨ ਨਹੀਂ ਆਵੇਗਾ ਤੇ ਭੋਜਨ ਕਿੱਥੋਂ ਬਣੇਗਾ, ਐਸੀ ਸਾਡੇ ਘਰ ਵਿੱਚ ਡਾਢੀ ਗਰੀਬੀ ਹੈ। ਸੰਹਾਰ ਤੇ ਤੁਰ ਗਏ ਆਤਮੰਦ ਗੁਜ਼ਾਰਾ, ਤੇ ਸਾਡੇ ਘਰ ਵਿੱਚ ਨਾ ਭੋਜਨ ਹੈ ਤੇ ਨਾ ਹੀ ਭਾਂਡੇ ਨੇ, ਅਸੀਂ ਭਾਂਡੇ ਵੇਚ ਵੇਚ ਕੇ ਅੰਨ ਲਿਆ ਕੇ ਖਾ ਲਿਆ, ਅੰਨ ਵੀ ਮੁੱਕ ਗਿਆ ਤੇ ਭਾਂਡੇ ਵੀ ਮੁੱਕ ਗਏ, ਨਾ ਘਰੇ ਭਾਂਡਾ ਰਹਿ ਗਿਆ ਜਿਹੜਾ ਵੇਚ ਕੇ ਕੁਝ ਲੈ ਆਈਏ
ਨਾ ਘਰ ਦੇ ਵਿੱਚ ਕੋਈ ਅੰਨ ਰਹਿ ਗਿਆ ਹੈ, ਬਿਮਾਰੀ ਉਚਿਤ ਪਾਉ ਦੇਖੇ ਦੁੱਖ ਪਾਵੇ। ਸਾਡੇ ਘਰ ਵਿੱਚ ਇੱਕ ਪੁੱਤਰੀ ਹੈ ਤੇ ਉਹ ਜਵਾਨ ਹੈ ਤੇ ਉਸ ਜਵਾਨ ਪੁੱਤਰੀ ਦੇ ਵਾਸਤੇ ਸਾਨੂੰ ਰਿਸ਼ਤਾ ਵੀ ਚਾਹੀਦਾ ਹੈ ਤੇ ਨਾ ਕੋਈ ਰਿਸ਼ਤਾ ਆ ਰਿਹਾ। ਜੇ ਰਿਸ਼ਤਾ ਆ ਵੀ ਗਿਆ ਤੇ ਸਾਡੇ ਕੋਲ ਹੈ ਕੁਝ ਨੀ, ਨਾ ਦੇਣ ਵਾਸਤੇ ਨਾ ਬਣਾਉਣ ਵਾਸਤੇ, ਐਸੀ ਸਾਡੀ ਮਾੜੀ ਹਾਲਤ ਹੈ। ਬਹੁਤ ਆਹਾਰ ਨਾ ਪ੍ਰਾਪਤੀ ਦੂਸਰ ਦਿਨ ਖਾਵੇ। ਤੇ ਜਿਹੜਾ ਅੱਜ ਪ੍ਰਸ਼ਾਦਾ ਛਕ ਲਿਆ ਬਸ ਅੱਜ ਵਾਸਤੇ ਹੈ, ਕੱਲ ਵਾਸਤੇ ਕੋਈ ਉਮੀਦ ਨੀ ਵੀ ਕਿਸੇ ਬੰਦੇ ਆਵੇਗਾ ਮਿਲੇਗਾ ਛਕਾਂਗੇ ਕਿ ਨਹੀਂ ਛਕਾਂਗਾ, ਐਸੀ ਗਰੀਬੀ ਦੀ ਸਾਡੀ ਹਾਲਤ ਹੈ। ਇਸ ਦਿਨ ਚਿੰਤਾ ਮੈਂ ਬਿਤਾਇਆ ਹੋਤ ਨਾ ਉਪਚਾਰ। ਰਾਤ ਦਿਨੇ ਅਸੀਂ ਤੇ ਸੌਂਦੇ ਨਹੀਂ, ਰਾਤ ਨੂੰ ਦਿਨ ਦੀ ਚਿੰਤਾ ਪੈਂਦੀ ਹੈ ਵੀ ਦਿਨੇ ਕੀ ਖਾਣਾ ਤੇ ਦਿਨੇ ਇਹ ਚਿੰਤਾ ਹੁੰਦੀ ਹੈ ਵੀ ਕੱਲ ਨੂੰ ਕੀ ਖਾਣਾ, ਅਸੀਂ ਤੇ ਦਿਨੇ ਰਾਤ ਚਿੰਤਾ ਵਿੱਚ ਐਸੇ ਭੁੱਖ ਗਰੀਬੀ ਦੇ ਵਿੱਚ ਕੱਟਦੇ ਹਾਂ। ਦੂਜੀ ਗੱਲ ਇਹ ਹੈ ਵੀ ਲੜਕੀ ਦਾ ਵਿਆਹ ਕਿਵੇਂ ਕਰੀਏ, ਪੈਸਾ ਹੋਵੇਗਾ ਤੇ ਇਹਦੇ ਵਾਸਤੇ ਕੋਈ ਗਹਿਣਾ ਕੋਈ ਕੱਪੜਾ ਬਣਾਵਾਂਗੇ, ਉਹਦੀ ਜਿਹੜੀ ਬਰਾਤ ਆਵੇਗੀ ਉਹਨਾਂ ਨੂੰ ਵੀ ਭੋਜਨ ਪ੍ਰਸ਼ਾਦਾ ਛਕਾਉਣਾ ਪੈਣਾ। ਸਾਡੇ ਕੋਲ ਤੇ ਘਰ ਵਿੱਚ ਆਨਾ ਨਹੀਂ ਹੈ, ਨਾ ਅਸੀਂ ਕੁਝ ਬਣਾ ਸਕਦੇ ਨਾ ਛਕਾ ਸਕਦੇ, ਇਸ ਕਰਕੇ ਗਰੀਬੀ ਦੀ ਬਹੁਤੀ ਹਾਲਤ ਬੜੇ ਅਸੀਂ ਦੁਖੀ ਹਾਂ। ਸੁਣ ਬੂਝੀ ਕੋ ਸਾਚ ਅਬ ਕੇਤਕ ਧਨ ਲੈ ਕੇ, ਉਸ ਵੇਲੇ ਸੁਣ ਬੂਝੀ ਕਹਿ ਸਾਚ ਅਬ ਕੇਤਕ ਧਨ ਲੈ ਕੇ, ਕਹਿਣ ਲੱਗਾ ਬਿਧੀ ਚੰਦ ਮੈਂ ਪੁੱਛਿਆ ਵੀ ਸੱਚੋ ਸੱਚ ਦੱਸ, ਹੁਣ ਲਾਲਚ ਨਾ ਕਰ ਲਈ, ਝੂਠ ਨਾ ਬੋਲੀ, ਮੈਨੂੰ ਇਹ ਸੱਚੋ ਸੱਚ ਦੱਸ ਵੀ ਕਿੰਨੀ ਕੁ ਮਾਇਆ ਨਾਲ ਤੇਰਾ ਸਰੇਗਾ, 5 ਰੁਪਈਏ ਨਾਲ, 10 ਨਾਲ, 50 ਨਾਲ, ਕਿੰਨੀ ਕੁ ਮਾਇਆ ਜਿਹੜੀ ਬਹੁਤੀ ਜ਼ਰੂਰੀ ਹੈ ਜਿਹਦੇ ਨਾਲ ਤੇਰਾ ਸਰ ਜਾਵੇ। ਹੁਣ ਬਹੁਤਾ ਲਾਲਚ ਨਾ ਕਰੀ, ਜੇ ਚੱਲਿਆ ਤੇ ਹੈ ਲੁਕਣ ਵਾਸਤੇ, 100 ਦੀ ਥਾਂ ਤੇ 500 ਵੀ ਲੈ ਆਵੇ ਤੇ ਕੀ ਫਰਕ ਪੈਂਦਾ, ਇਹ ਨਾ ਮਨ ਵਿੱਚ ਰੱਖ ਲਈ ਗੱਲ, ਪਰ ਇੰਨਾ ਦੱਸ ਵੀ ਤੇਰਾ ਸਰੇਗਾ ਕਿੰਨੇ ਨਾਲ, ਇਹ ਸੱਚੋ ਸੱਚ ਮੈਨੂੰ ਕਹਿਣਾ ਕਰ। ਅਰਜ਼ ਕੋ ਪੂਰਾ ਕਰੇ ਸਭ ਕੋ ਹਰਖੈ ਕਰੇ, ਮੈਂ ਇਹ ਕੰਮ ਤੇਰਾ ਪੂਰਾ ਕਰ ਦਿਆਂਗਾ। ਮੈਂ 2-4 ਸੇਠ ਤਕਾਏ ਹੋਏ ਨੇ ਮੋਟੇ ਪੈਸਿਆਂ ਵਾਲੇ ਤੇ ਮੈਂ ਉਹਨਾਂ ਨੂੰ ਹੌਲਾ ਕਰ ਦਿਆਂਗਾ ਤੇ ਤੈਨੂੰ ਮੈਂ ਲਿਆ ਕੇ ਇਹਨੂੰ ਮਾਇਆ ਦੇ ਦਿਆਂਗਾ, ਪਰ ਦੇਵਾਂਗਾ ਓਨੀ ਵੀ ਜਿੰਨੀ ਤੈਨੂੰ ਪੂਰੀ ਪੂਰੀ ਚਾਹੀਦੀ ਹੈ, ਚਾਹੀਦੀ ਲੋੜ ਮੁਤਾਬਕ ਕਿੰਨੀ ਉਹ ਮੈਨੂੰ ਦੱਸਣਾ ਕਰ। ਸਭ ਸੋ ਵਿਹਾਰ ਸਮਾਜ ਕੋ ਕਰ ਪੂਰਨ ਅਛੇ, ਤੇ ਤੂੰ ਫਿਰ ਉਹ ਜਿਹੜੀ ਮਾਇਆ ਮੈਂ ਲੈ ਕੇ ਆਵਾਂਗਾ ਉਹਦੇ ਨਾਲ ਆਪਣੀ ਲੜਕੀ ਦਾ ਵਿਆਹ ਕਾਰਜ ਜੋ ਵੀ ਹੈ ਉਹ ਚੰਗੀ ਤਰ੍ਹਾਂ ਸਾਰਾ ਨਿਬੇੜ ਲੈਣਾ ਕਰ। ਕਿਤਕ ਧਰਮ ਤੇ ਹੋਏਗੇ ਕੋ ਚਿਤਕੀ ਬਾਚੇ, ਤੇ ਆਪਣੇ ਮਨ ਦੀ ਇਹ ਗੱਲ ਦੱਸ ਵੀ ਕਿੰਨੀ ਕੁ ਇਹ ਤੈਨੂੰ ਚਾਹੀਦਾ ਧਨ ਹੈ ਵੀ ਲੜਕੀ ਦਾ ਵਿਆਹ ਕਰਨਾ, ਕੱਪੜੇ ਗਹਿਣੇ ਬਣਾਉਣੇ, ਬਰਾਤੀਆਂ ਵਾਸਤੇ ਭੋਜਨ ਪ੍ਰਸ਼ਾਦਾ ਬੰਨਾ, ਪਰ ਇਹ ਮਾਇਆ ਕਿੰਨੀ ਕੁ ਚਾਹੀਦੀ ਹੈ ਲੋੜ ਮੁਤਾਬਕ ਕਹਿ ਦੇਣਾ ਕਰ ਜਬਨਤਾ ਬੋਲੀ ਤਵੇ ਪੰਜ ਸਹਿ ਧਨ ਪਾਓ ਉਹ ਜਿਹੜੀ ਬ੍ਰਾਹਮਣ ਦੀ ਘਰ ਵਾਲੀ ਹੈ ਉਹ ਬੜੀ ਤੇਜ਼ ਹੈ ਉਸਨੇ ਸੋਚਿਆ ਵੀ ਇਹ ਮੰਨ ਤੇ ਗਿਆ ਤੇ ਹੁਣ ਵਾਸਤੇ ਤੇ ਹੁਣ ਜਦੋਂ ਮੰਨ ਗਿਆ ਲੈਣ ਜਾਵੇਗਾ ਤੇ 100-200 ਕੀ ਕਹਿਣਾ ਕਹਿਣ ਲੱਗੇ ਵੀ 500 ਰੁਪਈਆ ਦਾ ਲੰਗਰ ਲਾ ਕੇ ਤੇ ਗੱਡਿਆਂ ਸਮਾਨ ਦੇ ਭਰ ਕੇ ਲੈ ਆਉਂਦੇ ਸਨ 20 ਰੁਪਈਆ ਦੇ ਵਿੱਚ ਪਰ ਇਹ 500 ਮੰਗ ਬੈਠੀ ਹੈ ਵੀ 500 ਨਾਲ ਮੇਰਾ ਮਸਾਂ ਵਿਆਹ ਹੋਣਾ ਹੈ ਮਸਾਂ ਹੀ ਇਹ ਕੰਮ ਕਰ ਸਕਦੀ ਹਾਂ। ਸੋ ਅਸੀਂ ਹਾਲਤ ਹੈ ਨਾ, ਕਈ ਵਾਰ ਅਸੀਂ ਗੁਰੂ ਘਰ ਆ ਜਾਂਦੇ ਵੀ ਮੈਂ ਬਹੁਤ ਜ਼ਿਆਦਾ ਗਰੀਬ ਆ ਤੇ ਅੰਤ ਤੌਰ ਤੇ ਮੇਰੀ ਮਦਦ ਕਰੋ, ਮੈਂ ਵਿਆਹ ਕਰਨਾ ਚਾਹੁੰਦਾ, ਤੇ ਜਦੋਂ ਮਦਦ ਹੋ ਜਾਂਦੀ ਹੈ ਫਿਰ ਉਹ ਟੈਂਟ ਲੱਗਦਾ ਜਿਹੜਾ ਕਦੇ ਪੈਲਸ ਵਿੱਚ ਵੀ ਨਾ ਲੱਗਾ ਹੋਵੇ, ਤੇ ਉਹ ਕੈਟਰਿੰਗ ਆਉਂਦੀ ਹੈ ਜਿਹਦੀ ਕਿਸੇ ਅਮੀਰ ਨੇ ਵੀ ਨਾ ਕੀਤੀ ਹੋਵੇ, ਉਹ ਫਿਰ ਉਦੋਂ ਸਾਰੀ ਗਰੀਬੀ ਉੱਠ ਜਾਂਦੀ ਕਿਸੇ ਬੰਨੇ, ਫਿਰ ਠਾਠ ਬਾਠ ਉਸੇ ਵੇਲੇ ਜਾਹਰ ਹੋ ਜਾਂਦੇ, ਪ੍ਰਗਟ ਹੋ ਜਾਂਦੇ, ਐਸੀ ਦੁਨੀਆਂ ਦੀ ਹਾਲਤ ਹੈ। ਜਦੋਂ ਲੈਣਾ ਉਦੋਂ ਗਰੀਬ ਬਣ ਜਾਓ, ਜਦੋਂ ਮਿਲ ਗਿਆ ਤੇ ਫਿਰ ਦੁਨੀਆਂ ਵਿੱਚ ਅਮੀਰ ਬਣ ਜਾਓ। ਕਹਿਣ ਲੱਗੇ ਵੀ ਇਸੇ ਤਰ੍ਹਾਂ ਹੀ ਇਹਨੇ ਵੀ ਕੀਤਾ, ਕਹਿਣ ਲੱਗੇ ਵੀ 500 ਤੋਂ ਘੱਟ ਵਿਆਹ ਨਹੀਂ ਹੋਣਾ, ਜੇ ਗਰੀਬੀ ਹੈ ਤੇ 20 ਰੁਪਈਆਂ ਦਾ ਗੁਰੂ ਨਾਨਕ ਸਾਹਿਬ ਜੀ ਗੱਡੇ ਭਰ ਕੇ ਰਾਸ਼ਨ ਲਿਆ ਸਕਦੇ, ਤੇ ਫਿਰ ਇੰਨੀ ਮਾਇਆ ਦਾ ਕੀ ਕਰਨਾ ਹੈ।
ਹੈ ਤੇ ਰਕਮ ਵੱਡੀ, ਪਰ ਉਹਨੇ ਸੋਚਿਆ ਵੀ ਇਹਨੇ ਜਾਣਾ ਤੇ ਹੈ ਤੇ ਕਿਹੜਾ ਭਾਰ ਲੱਗਣ ਲੱਗਾ, ਥੋੜੇ ਦੀ ਥਾਂ ਤੇ ਬਹੁਤੇ ਮਿਲ ਜਾਣਗੇ ਤੇ ਚਲੋ ਸੌਖਾ ਕੰਮ ਬਣ ਜਾਏਗਾ। ਕਹਿਣ ਲੱਗੇ ਵੀ 500 ਰੁਪਏ ਨਾਲ ਮੇਰੇ ਵਿਆਹ ਦਾ ਕੰਮ ਨਿਬੜ ਸਕਦਾ ਹੈ। ਮਹਾਂਫਰਾਕਤ ਸਾਥ ਮੈਂ ਨਿਜ ਸੁਤਾ ਉਠਾਓ। ਤੇ ਫਿਰ ਮੈਂ ਬੜੇ ਫਰਾਕ ਦੇ ਨਾਲ, ਭਾਵ ਤੋਂ ਇਹ ਆ ਵੀ ਮੈਂ ਬੜੇ ਸੋ ਇਹ ਖੁਸ਼ੀ ਦੇ ਨਾਲ ਜਿਹੜੀ ਹੈ ਨਾ ਆਪਣੀ ਲੜਕੀ ਨੂੰ ਆਪਣੇ ਬੂਹੇ ਤੋਂ ਉਠਾ ਸਕਦੀ ਹਾਂ, ਸਹੁਰੇ ਘਰ ਭੇਜ ਸਕਦੀ ਹਾਂ, ਉਹਦੀਆਂ ਸਾਰੀਆਂ ਲੋੜਾਂ ਖੁਸ਼ੀਆਂ ਮੈਂ ਪੂਰੀਆਂ ਕਰ ਸਕਦੀ ਔਰ ਆਪਣੀਆਂ ਲੋੜਾਂ ਵੀ ਪੂਰੀਆਂ ਕਰ ਲਵਾਂਗੀ, ਪਰ ਇਹ 500 ਰੁਪਇਆ ਧਨ ਜਿਹੜਾ ਉਹ ਮੈਨੂੰ ਚਾਹੀਦਾ ਹੈ। ਸੁਣ ਮੈਂ ਜਿਸ ਕੋ ਤਬ ਕਹੇ ਉਹ ਧਨ ਦੇਵਾ ਤੋਹੀ। ਉਸ ਵੇਲੇ ਬਿਧੀ ਚੰਦ ਕਹਿੰਦਾ ਵੀ ਜਦੋਂ ਮੈਂ ਸੁਣੀ ਗੱਲ ਤੇ ਮੰਨ ਗਈ ਤੇ ਮੈਂ ਵੀ ਸੋਚਿਆ ਵੀ ਇਹ ਮਾਈ ਨੇ ਰਕਮ ਤੇ ਵੱਡੀ ਮੰਗ ਲਈ ਹੈ, ਮੈਂ ਕਿਹੜਾ ਬੈਂਕ ਵਿੱਚੋਂ ਲੈਣ ਚੱਲਿਆ ਵੀ ਉੱਥੇ ਜਾ ਕੇ ਜੇ ਇਹ ਗਲਤ ਕਵੇਗੀ ਤੇ ਇਹਦਾ ਦੋਸ਼ ਵੀ ਫਿਰ ਇਹਦੇ ਸਿਰ ਤੇ ਆ, ਮੈਂ ਉਹਦੇ ਵਿੱਚੋਂ ਰੱਖਣਾ ਕੁਝ ਨਹੀਂ ਹੈ। ਤੇ ਮੈਂ ਫਿਰ ਵਚਨ ਕਹਿ ਦਿੱਤਾ ਵੀ ਚੱਲ ਠੀਕ ਹੈ, ਮੈਂ ਇਹ ਤੇਰਾ ਪ੍ਰਬੰਧ ਕਰ ਦਿਆਂਗਾ, ਜਿਵੇਂ ਕਿਵੇਂ ਵੀ ਕਰਾਂ ਇਹ ਮਾਇਆ ਤੈਨੂੰ ਮੈਂ ਲੱਭ ਕੇ ਲਿਆ ਦਿਆਂਗਾ। ਦਿਨ ਪੰਚਕ ਮੈਂ ਆਏ ਪਨ ਮਿਲੀ ਹੈ ਤਮੋਹੀ। ਤੇ ਨਾਲ ਇਹ ਵੀ ਗੱਲ ਕਹਿਤੀ ਵੀ ਬਸ 5-7 ਦਿਨ ਦਾ ਟਾਈਮ ਦੇ, ਮੇਰੇ ਤੇ ਬੜੀ ਕਿਰਪਾ ਹੈ ਮਹਾਰਾਜ ਦੀ, ਮੈਂ ਜਿੱਧਰ ਨੂੰ ਮੂੰਹ ਕਰਦਾ ਤੇ ਝਾਕੀ ਕੰਮ ਸਵਾਲੇ ਹੋ ਜਾਂਦੇ, ਇਹ ਕੰਮ ਤੇ ਮੈਂ ਬਹੁਤਾ ਟਾਈਮ ਨਹੀਂ ਲਾਵਾਂਗਾ, ਵੀ 2-4 ਮਹੀਨੇ ਦੀ ਗੱਲ ਨਹੀਂ ਹੈ, ਬਸ 5-7 ਦਿਨ ਦੀ ਗੱਲ ਹੈ, 5-7 ਦਿਨਾਂ ਦੇ ਵਿੱਚ ਮੈਂ ਇਹ ਤੇਰੀ ਦਰਦ ਜਿਹੜੀ ਲੋੜ ਹੈ ਨਾ 500 ਰੁਪਏ ਦੀ ਉਹ ਪੂਰੀ ਕਰ ਦਿਆਂਗਾ, ਉਸ ਤੋਂ ਮਗਰੋਂ ਤੂੰ ਆਪਣੇ ਜਿਹੜੇ ਕਾਰਜ ਨੇ ਵਿਆਹ ਦੇ ਜਾਂ ਜਿਹੜੇ ਹੋਰ ਵੀ ਨੇ ਉਹ ਤੂੰ ਪੂਰੇ ਕਰ ਲਵੇ ਤੇ 5-7 ਦਿਨ ਦੇ ਵਿੱਚ ਮੈਂ ਕੰਮ ਨਿਬੇੜ ਦੇਵਾਂਗਾ। ਉਸ ਵੇਲੇ ਕਹਿਣ ਲੱਗਾ ਵੀ ਉਹ ਬੀਬੀ ਤੇ ਹੋ ਗਈ ਖੁਸ਼, ਇੰਨੀ ਖੁਸ਼ ਹੋਈ ਬ੍ਰਾਹਮਣੀ ਵੀ, ਸਮਝ ਲਓ ਵੀ 500 ਤਲੀ ਤੇ ਰੱਖਿਆ ਹੀ ਗਿਆ ਹੋਵੇ, ਉਹਨੇ ਸੋਚਿਆ ਵੀ ਜੇ ਇਹਨੇ ਹਾਂ ਕਰ ਦਿੱਤੀ ਹੈ ਇਹ ਹੁਣ ਜਿਵੇਂ ਕਿਵੇਂ ਵੀ ਪੂਰਾ ਕਰੇਗਾ, ਉਹ ਤੇ ਖੁਸ਼ ਹੋ ਕੇ ਆਪਣੇ ਘਰੇ ਪਹੁੰਚ ਗਈ। ਤੇ ਬਿਧੀ ਚੰਦ ਕਹਿੰਦਾ ਮੈਂ ਸੋਚਣ ਲੱਗ ਪਿਆ ਵੀ ਬਚਨ ਤੇ 500 ਦਾ ਕਹਿ ਦਿੱਤਾ ਤੇ ਮੇਰੀਆਂ ਕਿਹੜੀਆਂ ਫਸਲਾਂ ਹੋਈਆਂ ਵੀ ਜਿਹੜੀਆਂ ਵੱਢ ਕੇ ਦੇ ਦੇਣੀਆਂ, ਲਿਆਉਣੇ ਤੇ ਕਿਤੇ ਉਹ ਲੱਭ ਗਏ ਨੇ, ਬਚਨ ਤੇ ਕਹਿ ਦਿੱਤਾ ਪਰ 500 ਆਵੇਗਾ ਕਿੱਥੋਂ, ਇਸ ਕਰਕੇ ਇਹ ਮੈਂ ਸੋਚਣ ਲੱਗ ਪਿਆ ਵੀ ਹੁਣ ਕੀ ਕਰਾਂ, 500 ਕਿੱਥੋਂ ਲੱਭਣਾ, ਇਸ ਤਰ੍ਹਾਂ ਮੈਂ ਵਿਚਾਰਾਂ ਕਰਦਾ। ਜਹਾਂਗੀਰ ਕੀ ਬੇਗਮਾ ਸੁਣ ਪੰਥ ਮਜਾਰਾ। ਉਸ ਵੇਲੇ ਕਹਿਣ ਲੱਗਾ ਵੀ ਮੈਨੂੰ ਕਿਸੇ ਨੇ ਦੱਸਿਆ ਵੀ ਬਾਦਸ਼ਾਹ ਜਹਾਂਗੀਰ ਉਸ ਵੇਲੇ ਸੀ ਜਦੋਂ ਗੁਰੂ ਅਰਜਨ ਸਾਹਿਬ ਗੁਰਗੱਦੀ ਤੇ ਸਨ, ਉਦੋਂ ਹਿੰਦੁਸਤਾਨ ਦਾ ਬਾਦਸ਼ਾਹ ਜਿਹੜਾ ਉਹ ਜਹਾਂਗੀਰ ਰਾਜ ਕਰਦਾ, ਤੇ ਕਹਿਣ ਲੱਗਾ ਮੈਨੂੰ ਕਿਸੇ ਨੇ ਦੱਸਿਆ ਵੀ ਜਹਾਂਗੀਰ ਬਾਦਸ਼ਾਹ ਦੀਆਂ ਜਿਹੜੀਆਂ ਬੇਗਮਾਂ ਨੇ ਨਾ ਉਹ ਇਸ ਵੇਲੇ ਆਪਣੀ ਫੌਜ ਦੇ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਰਹੀਆਂ ਨੇ, ਮੰਨ ਲਓ ਵੀ ਦਿੱਲੀ ਤੋਂ ਲਾਹੌਰ ਜਾ ਰਹੀਆਂ ਜਾਂ ਲਾਹੌਰ ਤੋਂ ਦਿੱਲੀ ਜਾ ਰਹੀਆਂ, ਬਾਦਸ਼ਾਹ ਦੀਆਂ ਰਾਣੀਆਂ ਜਿਹੜੀਆਂ ਬੇਗਮਾਂ ਨੇ ਉਹ ਸਫ਼ਰ ਦੇ ਵਿੱਚ ਆਪਣੀ ਫੌਜ ਦੇ ਨਾਲ ਜਾ ਰਹੀਆਂ ਹਨ। ਪੱਤਣ ਚੰਬੇ ਦੂਣ ਕੋ ਡੇਰਾ ਤੇ ਕੰਦਾ। ਇਹ ਕਹਿਣ ਲੱਗੇ ਵੀ ਇਹਨਾਂ ਬੀਬੀਆਂ ਨੇ ਉਹ ਜਿਹੜਾ ਡੇਰਾ ਹੈ ਨਾ ਆਪਣੀ ਫੌਜ ਦੇ ਸਮੇਤ, ਸੋ ਇਹ ਚੰਬੇ ਦੂਣ ਕੋਈ ਇਲਾਕਾ ਹੈ ਵੀ ਉੱਥੇ ਕੋਈ ਦਰਿਆ ਪੈਂਦਾ ਹੋਵੇਗਾ ਵੱਡਾ ਦਰਿਆ, ਤੇ ਉਸ ਦਰਿਆ ਨੂੰ ਪਾਰ ਕਰਨ ਵਾਸਤੇ ਉਹਨਾਂ ਨੇ ਡੇਰਾ ਕੀਤਾ ਹੋਇਆ ਸੀ ਵੀ ਇਸ ਦਰਿਆ ਨੂੰ ਪਾਰ ਇਸ ਤਰ੍ਹਾਂ ਕਰਨਾ ਹੈ। ਹੁਣ ਦਰਿਆ ਪਾਰ ਹੋਣਾ ਰਾਣੀਆਂ ਨੇ ਉਹਨਾਂ ਵਾਸਤੇ ਬੇੜੀਆਂ ਚਾਹੀਦੀਆਂ, ਹਾਥੀ ਘੋੜੇ ਨਾਲ ਨੇ, ਉਹਨਾਂ ਵਾਸਤੇ ਵੀ ਸਾਰਾ ਪ੍ਰਬੰਧ ਚਾਹੀਦਾ ਤਾਂ ਦਰਿਆ ਪਾਰ ਹੋਣਾ, ਉਹਦੇ ਵਾਸਤੇ ਸਮਾਂ ਵੀ ਲੱਗ ਜਾਣਾ ਹੈ। ਤੇ ਕਹਿਣ ਲੱਗਾ ਮੈਨੂੰ ਪਤਾ ਲੱਗਾ ਵੀ ਬੇਗਮਾ ਦਰਿਆ ਪਾਰ ਕਰਨ ਵਾਸਤੇ
ਕਿਨਾਰੇ ਤੇ ਜਾ ਕੇ ਡੇਰਾ ਲਾ ਕੇ ਬੈਠੀਆਂ ਹਨ। ਸੁਣ ਕਰ ਮੈਂ ਵਿੱਚ ਪਰਗੀ ਤਨ ਕੀ ਦਿਸ ਚਾਲਾ। ਉਸ ਵੇਲੇ ਮੈਂ ਜਦੋਂ ਇਹ ਗੱਲ ਸੁਣੀ ਤੇ ਮੇਰੇ ਮਨ ਵਿੱਚ ਇੱਕ ਨਿਸਕਾ ਜਿਹਾ ਆ ਗਿਆ, ਇੱਕ ਸਕੂਨ ਜਿਹਾ ਮਿਲ ਗਿਆ ਵੀ ਜੇ ਲੁੱਟਣਾ ਹੀ ਆ ਤੇ ਫਿਰ ਰਾਣੀਆਂ ਨੂੰ ਲੁੱਟੀਏ ਜਿਨ੍ਹਾਂ ਕੋਲ ਵਾਧੂ ਮਾਇਆ, ਕਿਹੜਾ 500 ਨਾਲ ਉਹਨਾਂ ਨੂੰ ਫਰਕ ਪੈਣ ਲੱਗਾ। ਅਸਕਰ ਹਿੰਦੁਸਤਾਨ ਦੇ ਬਾਦਸ਼ਾਹ ਦੀਆਂ ਬੇਗਮਾਂ ਨੇ, ਉਹਨਾਂ ਕੋਲ ਦੇ ਵਾਧੂ ਜਵਾਹਰ ਆਤ ਹੋਣਗੇ, ਮਾਇਆ ਦੇ ਬੜੇ ਰੁਪਏ ਨੇ, ਇਸ ਕਰਕੇ ਲੁੱਟਣਾ ਤੇ ਫਿਰ ਬਾਦਸ਼ਾਹ ਦੀ ਰਾਣੀਆਂ ਨੂੰ ਲੁੱਟਾਂ। ਬੜੀ ਵੱਡੀ ਗੱਲ ਹੈ, ਹਿੰਦੁਸਤਾਨ ਦੇ ਬਾਦਸ਼ਾਹ ਦੀ ਰਾਣੀ ਨੂੰ ਲੁੱਟਣਾ ਮੌਤ ਨੂੰ ਸੱਚੀ ਦਾਵਤ ਦੇਣ ਵਾਲੀ ਗੱਲ ਹੈ, ਜੇ ਫੜਿਆ ਗਿਆ ਤੇ ਝਾਟੀ ਸਿਰ ਕਲਮ ਹੋ ਜਾਣਾ ਹੈ। ਸੋ ਕਹਿਣ ਲੱਗਾ ਪਰ ਮੈਂ ਡਰਿਆ ਨਹੀਂ, ਵੱਡਾ ਫਿਰਦਾ ਕਰਕੇ ਘੋੜੇ ਕੱਢ ਕੇ ਐਵੇਂ ਨਹੀਂ ਲੈ ਆਉਂਦੇ ਬਾਦਸ਼ਾਹ ਦੇ ਕਿਲੇ ਦੇ ਵਿੱਚ, ਏਡਾ ਵੱਡਾ ਜੇਰਾ ਪਹਿਲੇ ਦਿਨ ਨਹੀਂ ਹੋਇਆ। ਇਹੋ ਜਿਹਾ ਕੰਮ ਪਹਿਲਾਂ ਕਈ ਉਹਨੇ ਬਾਦਸ਼ਾਹ ਦੇ ਨਾਲ ਮੱਥਾ ਲਾ ਕੇ ਕਰ ਛੱਡੇ, ਉਦੋਂ ਇਸ ਕਰਕੇ ਹੌਸਲਾ ਵਧਿਆ ਤੇ ਫਿਰ ਦੂਜਾ ਕੰਮ ਘੋੜਿਆਂ ਦਾ ਤਾਂ ਨਿਬੜਿਆ। ਕਹਿਣ ਲੱਗਾ ਵੀ ਮੈਂ ਹੌਸਲਾ ਕਰਕੇ ਚੱਲ ਪਿਆ ਉਧਰ ਨੂੰ ਜਿੱਧਰ ਨੂੰ ਬਾਦਸ਼ਾਹ ਦੀਆਂ ਬੇਗਮਾਂ ਦਾ ਡੇਰਾ ਹੈ। ਦੇਖਿਓ ਜਾਏ ਤਾਂ ਸੰਗ ਮਾਨਵ ਜਾਲਾ। ਉਸ ਵੇਲੇ ਮੈਂ ਪਹੁੰਚ ਗਿਆ, ਜਦੋਂ ਮੈਂ ਪਹੁੰਚਿਆ ਤੇ ਜਾ ਕੇ ਕੀ ਵੇਖਿਆ ਵੀ ਬਾਦਸ਼ਾਹ ਦੀਆਂ ਬੇਗਮਾਂ ਕਿਹੜੀਆਂ ਕੱਲੀਆਂ, ਜਿਸ ਪਰ ਹਿੰਦੁਸਤਾਨ ਦਾ ਬਾਦਸ਼ਾਹ ਬਹੁਤ ਵੱਡੀ ਫੌਜ ਦੀ ਟੁਕੜੀ ਨਾਲ ਜਾ ਰਹੀ ਹੈ। ਕੁਝ ਅੱਗੇ ਲੱਗੇ ਹੋਏ, ਕੁਝ ਪਿੱਛੇ ਲੱਗੇ ਹੋਏ, ਕੋਈ ਸੱਜੇ ਕੋਈ ਖੱਬੇ, ਕੋਈ ਹਾਥੀ ਤੇ ਚੜਿਆ ਹੋਇਆ ਤੀਰ ਕਮਾਨ ਚੁੱਕੇ, ਕੋਈ ਇਸੇ ਤਰ੍ਹਾਂ ਊਠ ਤੇ ਬੈਠਾ ਹੋਇਆ ਬੰਦੂਕ ਲੈ ਕੇ, ਕੋਈ ਘੋੜਿਆਂ ਤੇ, ਵੱਡੀ ਫੌਜ ਨਾਲ ਜਾ ਰਹੀ ਹੈ। ਮੈਂ ਦੇਖਿਆ ਵੀ ਇਹਦੇ ਬੰਦੇ ਬੜੇ ਨੇ, ਉਹ ਵੀ ਹਥਿਆਰਾਂ ਦੇ ਸਮੇਤ ਨੇ, ਕਿਵੇਂ ਲੁੱਟਾਂਗਾ, ਕਿਵੇਂ ਦਾ ਲਵਾਂਗਾ। ਇਸ ਤਰ੍ਹਾਂ ਜਦੋਂ ਬਹੁਤੇ ਲੋਕ ਮੈਂ ਵੇਖੇ ਹਨ, ਮੈਂ ਸਾਰੀ ਰਾਤ ਇਹ ਘਾਤ ਲਾਉਂਦਾ ਰਿਹਾ, ਮੌਕਾ ਤੱਕਦਾ ਰਿਹਾ ਵੀ ਹੋ ਸਕਦਾ ਸਿਪਾਹੀ ਸੌ ਜਾਣ ਤੇ ਮੇਰਾ ਦਾ ਲੱਗ ਜਾਵੇ, ਰਾਣੀਆਂ ਸੌ ਜਾਣ ਤੇ ਦਾ ਲੱਗ ਜਾਵੇ, ਜਾਂ ਉੱਠ ਕੇ ਬਾਹਰ ਅੰਦਰ ਥੋੜਾ ਬਹੁਤਾ ਕਿਤੇ ਜਾਣ ਤੇ ਮੇਰਾ ਮੌਕਾ ਲੱਗੇ। ਕਹਿਣ ਲੱਗਾ ਵੀ ਸਾਰੀ ਰਾਤ ਮੈਂ ਦਾ ਤੱਕਦਾ ਰਿਹਾ ਵੀ ਕਿਵੇਂ ਗੱਲ ਬਣੇਗੀ। ਇਸ ਤਰ੍ਹਾਂ ਕਹਿਣ ਲੱਗੇ ਰਾਤ ਦੇ ਸਮੇਂ, ਫਿਰ ਰਾਤ ਤਬ ਹੂੰ ਭਈ ਮਿਲ ਪਹਿਰੂ ਮਾਹੀ, ਤੇ ਕਹਿਣ ਲੱਗੇ ਵੀ ਉਸ ਵੇਲੇ ਜਦੋਂ ਮੈਨੂੰ ਇਸ ਤਰ੍ਹਾਂ ਘਾਤ ਲਾਉਂਦਿਆਂ ਲੱਭਦਿਆਂ ਲੱਭਦਿਆਂ ਅੱਧੀ ਰਾਤ ਤੋਂ ਸਮਾਂ ਥੋੜਾ ਜਿਹਾ ਅੱਗੇ ਲੰਘ ਗਿਆ, ਭਾਵ ਕੇ 2-3 ਵਜੇ ਦਾ ਅੰਮ੍ਰਿਤ ਵੇਲੇ ਦਾ ਸਮਾਂ ਜਦੋਂ ਹੋਇਆ ਤੇ ਕਹਿਣ ਲੱਗਾ ਉਦੋਂ ਜਿਹੜੇ ਪਹਿਰੇਦਾਰ ਸਨ, ਜਿਹੜੇ ਪਹਿਰੇ ਤੇ ਲੱਗੇ ਹੋਏ ਸਿਪਾਹੀ ਸਨ, ਕਹਿਣ ਲੱਗੇ ਫਿਰ ਉਹਨਾਂ ਦੇ ਨਾਲ ਜਹਿ ਪ੍ਰਿਯੰਤ ਬੇਗਮ ਹੱਥੋਂ ਪਹੁੰਚੋ ਤੇ ਸਮਾਹੀ, ਤੇ ਜਹਿ ਪ੍ਰਿਯੰਤ ਬੇਗਮ ਹੱਥੋਂ। ਕਹਿਣ ਲੱਗਾ ਵੀ ਉਹਨਾਂ ਵਿੱਚ ਇੱਕ ਸਿਪਾਹੀ ਜਿਹੜਾ ਸੀ ਨਾ, ਉਹਨੂੰ ਮੈਂ ਗੱਲਾਂ ਬਾਤਾਂ ਦੇ ਨਾਲ ਮਿੱਤਰ ਬਣਾ ਲਿਆ, ਉਹਦੇ ਨਾਲ ਗੱਲਾਂ ਬਾਤਾਂ ਇਹੋ ਜਿਹੀਆਂ ਕੀਤੀਆਂ ਵੀ ਉਹਨੂੰ ਲੱਗੇ ਵੀ ਮੈਂ ਬਸ ਉਹਨਾਂ ਦਾ ਹੀ ਬੰਦਾ, ਤੇ ਉਹਨੂੰ ਮਿੱਤਰ ਬਣਾ ਕੇ ਤੇ ਮੈਂ ਫਿਰ ਗੱਲਾਂ ਗੱਲਾਂ ਵਿੱਚ ਉਹਦੇ ਨਾਲ ਇਹ ਗੱਲ ਕੀਤੀ ਵੀ ਕਿਵੇਂ ਨਾ ਕਿਵੇਂ ਤੂੰ ਬਾਦਸ਼ਾਹ ਦੀਆਂ ਬੇਗਮਾਂ ਦੇ ਕੋਲ ਮੈਨੂੰ ਲੈ ਚੱਲ ਜਿੱਥੇ ਉਹ ਬੈਠੀਆਂ ਹੋਈਆਂ ਨੇ, ਤੇ ਬਾਕੀ ਮਨ ਵਿੱਚ ਸੋਚਿਆ ਵੀ ਫਿਰ ਇਹਨੂੰ ਆਸੇ ਪਾਸੇ ਕਰ ਦਿਆਂਗਾ ਤੇ ਬਾਕੀ ਕੰਮ ਹੈ ਸਾਰਾ ਨਿਬੇੜ ਦੇਣਾ ਹੈ। ਕਹਿਣ ਲੱਗਾ ਇਸ ਤਰ੍ਹਾਂ ਸਿਪਾਹੀ ਦੇ ਨਾਲ ਗੰਨ ਦੁੱਖ ਕੀਤੀ ਹੈ। ਵਿੱਚ ਤੰਬੂ ਕੇ ਸਭ ਸਭ ਦਾਸੀ ਗਨ ਜੇ, ਤੇ ਕਹਿਣ ਲੱਗਾ ਵੀ ਉਹ ਜਿਹੜਾ ਹੈਗਾ ਸੀ ਸਿਪਾਹੀ ਪਹਿਰੇਦਾਰ, ਕਹਿਣ ਲੱਗਾ ਵੀ ਨਹੀਂ ਮੈਂ ਲਿਜਾ ਨਹੀਂ ਸਕਦਾ ਕਿਉਂਕਿ ਬਾਦਸ਼ਾਹ ਦੀਆਂ ਬੇਗਮਾਂ ਦੇ ਕੋਲ ਕਿਸੇ ਨੂੰ ਵੀ ਜਾਣ ਦਾ ਹੁਕਮ ਨਹੀਂ ਤੇ ਬੜੀ ਵੱਡੀ ਡਾਢੀ ਫੌਜ ਲੱਗੀ ਹੋਈ ਹੈ। ਅਨਕੇ ਧਰੇ ਸੰਦੂਕ ਗਨ ਦੇਖੇ ਦ੍ਰਿੜ ਤੇ, ਨਾਲੇ ਇਹ ਆ ਵੀ ਸੰਦੂਕ ਧਨ ਦੇ ਮਾਇਆ ਦੇ ਭਰੇ ਹੋਏ ਨੇ ਤੇ ਇਸ ਤਰ੍ਹਾਂ ਕਿਸੇ ਨੂੰ ਲਿਜਾਣਾ ਸੌਖਾ।